ਛੇ ਬੋਟੇ ਕਿ ਮੈਂ ਖਿਚ ਲੂਗਾ ਆ ਕੇ ਮੰਨੇ ਜੀ 40 ਪੱਤੀਆਂ ਨੇ ਇਹਨੂੰ ਹਾਂ ਜੀ ਇਹ ਸੌਣ ਦੀ ਬਜਾਈ ਆ ਅੰਗਰੇਜ਼ੀ ਮੀਨੇ ਤਾਂ ਅਸੀਂ ਘਟ ਜਾਣ ਦਾ ਯਾਨੀ ਸੌਣ ਬਾਦੋਂ ਜਾਣਦੇ ਆ ਕਾਲੀ ਛੱਡਣਾ ਜ਼ਮੀਨ ਦੀ ਇੰਨੀ ਪਾਵਰ ਹੁੰਦੀ ਉਹ ਸਾਲ ਪਰ ਜਾਣਦੀ ਉਹਨੇ ਇੱਕ ਜੀ ਜਿਆਦਾ ਉੱਥੇ ਬਾਰ ਬਾਰ ਅਸੀਂ ਮੂਲੀ ਲਾਏਗੇ ਨਾ ਆਖਰ ਨੂੰ ਖੇਤ ਚ ਮੂਲੀ ਹੋਣ ਤੇ ਹਟ ਜੂ ਫਸਲੀ ਚੱਕਰ ਨਹੀਂ ਹੋਣਾ ਤੁਹਾਨੂੰ ਦੱਸੀਏ ਇਹ ਤਾਂ ਪੰਜ ਵਸੇ ਜਗਾ ਹੈ 60 ਹਜ਼ਾਰ ਦਾ ਤਾਂ ਵੇਚੇ ਤਾਂ ਨਹੀਂ ਆਲੀ ਸਾਲ ਚ ਜੇ ਕਿਸੇ ਨੂੰ ਕਹੀਏ ਜੱਟਾਂ ਨੇ ਮੰਨਣਾ ਨਹੀਂ ਹੈਗਾ ਨਾਲੇ ਤਾਂ ਉੱਥੇ ਪਰਮਾਤਮਾ ਦਾ ਸੂਲ ਹੈ ਵੀ ਜੁਨੀ ਭੁਗਦੇ ਨੇ ਨਾਲੇ ਉਹ ਫਸਲ ਨੂੰ ਜੀਵਾਂ ਨੇ ਤਾਕਤ ਦੇਣੀ ਆ ਜੜ ਨੂੰ ਖੇਤ ਚੋਂ ਚੱਕ ਕੇ ਤਜਰਬਾਤਾ ਜੀ ਆਟੋਮੈਟਿਕ ਗਾਹਾਂ ਤੇ ਗਾਹ ਨਿਕਲੀ ਆਉਂਦਾ ਵੀ ਆ ਬੂਟਾ ਸੁੱਕ ਗਿਆ ਇੱਕ ਬਟਵਰਾ ਹਕਾ ਤੇ ਸੁੱਕ ਗਿਆ ਬਟ ਉਹੀ ਹੈ ਬੀਜ ਉਹੀ ਡੱਬੀ ਦਾ ਉਥੋਂ ਤਜਰਬਾ ਸਿੱਖ ਜਿੰਦੀ ਇਹ ਤੁਸੀਂ 12 ਘੰਟੇ ਖੇਤ ਚ ਡਿਊਟੀ ਦਿਓ ਲੋਕੋ ਫੇਲ ਨਹੀਂ ਹੋ ਸਕਦੇ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀ ਸੰਗੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਆਂਦਾ ਤਾਂ ਤੇ ਅੱਜ ਮੈਂ ਆ ਹਾਂ ਪਿੰਡ ਚੜੀ ਵਿਖੇ ਜੋ ਤਕਰੀਬਨ ਖਮਾਣੋ ਸ਼ਹਿਰ ਦੇ ਨੇੜੇ ਪੈਂਦਾ ਇੱਥੋਂ ਦੇ ਕਿਸਾਨ ਦਰਸ਼ਨ ਸਿੰਘ ਪਿਛਲੇ ਲੰਮੇ ਅਰਸੇ ਤੋਂ 30 35 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਜਿਹੜੀ ਸਬਜ਼ੀ ਦੀ ਕਾਸ਼ਤ ਕਰਦੇ ਨੇ ਰਕਬਾ ਉਹਨਾਂ ਕੋਲ ਸਵਾ ਕਿਲੇ ਦੇ ਵਿੱਚ ਹੀ ਕਰਦੇ ਨੇ ਪਰ ਜੇਕਰ ਆਮਦਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਕਰੀਬ 5 ਲੱਖ ਤੱਕ ਉਹ ਸਾਲਾਨਾ ਕਮਾਉਂਦੇ ਨੇ ਕੁਝ ਖੀ ਰਕਬੇ ਵਿੱਚੋਂ ਕਿਉਂਕਿ ਕਾਰਨ ਇਹ ਆ ਖੇਤੀ ਆ ਜਿਹੜੀ ਉਹ ਤਰੀਕੇ ਨਾਲ ਕਰਦੇ ਨੇ ਤੇ ਸੋ ਬਕਾਇਦਾ ਕਿਵੇਂ ਉਹਨਾਂ ਦਾ ਤਜਰਬਾ ਵਾਰੇ ਉਹਨਾਂ ਵਾਰੀ ਉਹਨਾਂ ਨਾਲ ਸਾਝ ਪਾਵਾਂਗੇ ਚੱਲਦੇ ਉਹਨਾਂ ਦੇ ਪਿੰਡ ਤੇ ਗੱਲਬਾਤ ਕਰਦੇ ਆ ਸਰਦਾਰ ਦਰਸ਼ਨ ਸਿੰਘ ਜੀ ਨਾਲ ਦਰਸ਼ਨ ਸਿੰਘ ਜੀ ਬਹੁਤ ਬਹੁਤ ਸਵਾਗਤ ਕਰਦੇ ਜੀ ਪ੍ਰੋਗਰਾਮ ਅੰਦਾਜ਼ਾ ਵਿੱਚ ਜੀ ਹਾਂ ਜੀ ਧੰਨਵਾਦ ਜੀ ਤੇ तकरीबन ਤੁਸੀਂ ਜਿਹੜੀ ਆ ਸਬਜ਼ੀਆਂ ਦੀ ਖੇਤੀ ਕਰਦੇ ਹੋ ਕਾਸ਼ਤ ਕਰਦੇ ਹੋ ਲੰਮੇ ਅਰਸੇ ਤੋਂ ਕਾਫੀ ਤਜਰਬਾ ਤੁਹਾਡਾ 30 35 ਸਾਲ ਤੋਂ ਵੀ ਉੱਪਰ ਹੋ ਗਿਆ ਸਮਾਂ ਖੇਤੀ ਨਾਲ ਜੁੜਿਆ ਹੋਇਆਂ ਨੂੰ ਤੇ ਇੱਥੇ ਤੁਸੀਂ तकरीबन ਤੁਸੀਂ ਦੱਸਿਆ ਵੀ ਡੇਢ ਕਿਲਾ ਸਵਾ ਕਿਲੇ ਦੇ ਵਿੱਚ ਜਿਹੜੀਆਂ ਸਬਜ਼ੀਆਂਗਾਉਨੇ ਹੋ ਤੇ ਫਿਰ ਕਿਵੇਂ ਇਹਨੂੰ ਪੂਰੇ ਖੇਤੀਬਾੜੀ ਨੂੰ ਮੈਨੇਜ ਕਿਵੇਂ ਕਰਦੇ ਹੋ ਕਿਵੇਂ-ਕਿਵੇਂਗਾਉਨੇ ਹੋ ਅਸੀਂ ਜੀ ਇਹਨੂੰ ਮਤਲਬ ਬਰਸਾਤ ਦੇ ਵਿੱਚ ਖਾਲੀ ਛੱਡਦੇ ਆ ਉਹ ਤੋਂ ਬਾਅਦ ਨਵੇਂ ਸਿਰੇ ਜਦੋਂ 7ਵੇਂ ਮਹੀਨੇ 'ਚ ਅਸੀਂ ਬਿਜਾਈ ਸ਼ੁਰੂ ਕਰਦੇ ਆ ਔਰ ਤਨੀਆਂ ਥੋੜਾ ਜਿਹਾ ਲੇਟ ਲੱਗਦਾ ਹੈ ਪਾਲਕਰ ਮੂਲੀ ਪਹਿਲਾਂ ਲੱਗ ਜਾਂਦੀ ਹੈ ਉਹ ਤੋਂ ਬਾਅਦ ਧਨੀਆ ਫਿਰ ਅਸੂ ਚੜਦੇ ਲਾਈਦਾ ਹੈ ਕਹਿਣ ਦਾ ਮਤਲਬ ਗਾਹਾਂ ਜਾ ਕੇ ਥੋੜਾ ਜਿਹਾ ਮੇਨਾਂ ਲੇਟ ਹੈ ਟੈਂਪਰੇਚਰ ਚ ਹਾਈ ਚ ਜੰਮਦਾ ਨਹੀਂ ਪਾਲਕ ਮੂਲੀ ਜੰਮੇ ਆਉਂਦੀ ਹੈ ਉਹ ਤੋਂ ਬਾਅਦ ਫਿਰ ਸਾਡਾ ਜੀ ਸਾਲ ਭਰ ਇਹੀ ਕੰਮ ਚੱਲੀ ਜਾਂਦਾ ਠੀਕ ਸਾਰਾ ਸਾਲ ਤੁਸੀਂ ਸਬਾ ਕਿਲੇ ਦੇ ਵਿੱਚ ਥੋੜੀ ਥੋੜੀ ਜਗ੍ਹਾ ਤੇ ਸਾਰੀਆਂ ਚੀਜ਼ਾਂ ਲਾਈਆਂ ਜਿਹੜੇ ਸਾਰਾ ਸਾਲ ਚੱਲੀ ਜਾਂਦੀਆਂ ਸਾਰਾ ਸਾਲ ਚੱਲੇ ਜਾਣੇ ਇੱਕ ਬਰਸਾਤ ਵਾਲੇ 60 ਦਿਨ ਹੈ ਉਦੋਂ ਨੀਤੀ ਫਿਰ ਖੇਤ ਨੂੰ ਖਾਲੀ ਛੱਡ ਕੇ ਇਹਨੂੰ ਰੈਸਟ ਵੀ ਦੋਣੀ ਆ ਰਹੀ ਦੀ ਪਾਵਰ ਵੀ ਬਣਨੀ ਹੈ ਪਦੀਨਾ ਸਾਡੇ ਕੋ ਸਾਲ ਭਰੇ ਰਹਿੰਦਾ ਜਿਹੜਾ ਪਲਾਟ ਹੈ ਤੇ ਹੁਣ ਕਿਹੜੀ ਕਿਹੜੀ ਜਿਹੜੀ ਤੁਹਾਡੀ ਸਬਜ਼ੀਆਂ اگਾਈਆਂ ਹੋਈਆਂ ਨੇ ਖੇਤ ਦੇ ਵਿੱਚ ਅਸਲ ਹੁਣ ਜੀ ਸਾਡੇ ਪਾਲਕ ਤੇ ਮੂਲੀ ਪਦੀਨਾ ਤਾਂ ਸਾਲ ਭਰੇ ਰਹਿੰਦਾ ਹੈ ਚਕੰਦਰ ਤੇ ਧਨੀਆਂ ਇਹੀ ਆਈਟਮਾਂ ਜੀ ਅਸੀਂ ਸਾਲ ਭਰ ਕਰਦੇ ਆ ਮੇਥੀ ਬੀਜ ਲੈਨੇ ਥੋੜੀ ਜੀ ਨਾਲ ਉਹ ਵੀ ਚੱਲੀ ਜਾਂਦੀ ਹੈ ਹਾਂਜੀ ਇਹ ਜੇ ਨਾਲ ਜੇ ਆਪਾਂ ਗੱਲ ਕਰੀ ਖੇਤੀਬਾੜੀ ਦੇ ਦੀ ਹੁੰਦਾ ਵੀ ਟਰੈਕਟਰਾਂ ਦੀ ਵੀ ਜ਼ਰੂਰਤ ਹੁੰਦੀ ਹੈ ਕਿਉਂਕਿ ਛੋਟੇ ਕਿਸਾਨ ਨੇ ਜਿਹੜੇ ਉਹ ਇਹਨਾਂ ਖਰਚਾ ਨਹੀਂ ਕਰ ਸਕਦੇ ਪਰ ਤੁਸੀਂ ਅੱਜ ਬਹੁਤ ਸੋਹਣਾ ਜਿਹੜਾ ਰੂਟਾ ਵੇਟਿੰਗ ਟਾਈਪ ਇੰਜਣ ਲਿਆ ਹੋਇਆ ਕਿੰਨਾ ਕਾਮਯਾਬ ਹੈ ਕਦੋਂ ਲਿਆ ਸੀ ਇਹ ਤਾਂ ਜੀ ਅਸੀਂ ਲਿਆ ਤਾਂ 4 ਸਾਲ ਹੋ ਗਏ ਇਹਨੂੰ 86 ਟਾ ਲੈ ਇਹਨੂੰ ਕਰਨਾਲ ਤੋਂ ਲਿਆਏ ਤੇ ਉੱਥੇ ਉਤਰਦੇ ਨੇ ਆ ਕੇ ਅਰ ਬਾਕੀ ਇਹ ਤਾਂ ਸਾਡੇ ਵਾਸਤੇ ਤੇ ਸਾਡੀ ਜ਼ਿੰਦਗੀ ਬਦਾਤੀ ਜੀ ਇਹਨੇ ਪ੍ਰੋਬਲਮ ਇਹ ਚੱਕਦੀ ਜਿਹੜੀ ਸਾਨੂੰ ਜਦ ਅਸੀਂ ਕਿਆਰੀ ਇੱਕ ਬੌਣੀ ਕਦੇ ਕਈਆਂ ਗੱਲ ਪਟੋ ਕਦੇ ਤਰਫਾਲੀਆਂ ਮਰ ਰਹੇ ਪਰ ਇਹਨੇ ਤਾਂ ਸਾਡੀ ਜ਼ਿੰਦਗੀਓ ਬਦਲਤੀ ਇਹਦੀ ਬਾਹੀ ਤੁਹਾਡੇ ਸਾਹਮਣੇ ਜਾ ਦੇਖ ਲੋ ਜੌਂਡੀਅਰ ਨੂੰ ਵੀ ਫੇਲ ਕਰਦਾ ਤਾਂ ਦੁਨੀਆ ਇਹ ਦੇਖ ਕੇ ਜਾਂਦੇ ਜੀ ਦੂਰੋਂ ਫੋਟੋ ਲੈ ਕੇ ਜਾਂਦੇ ਲੋਕ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਚੀਜ਼ ਨੂੰ ਲੈ ਇਹਨੂੰ ਇਹ 4 ਸਾਲ ਹੋ ਗਏ ਜਟਾ ਸਟਾ 29 ਮਾਰਚ ਨੂੰ 4 ਸਾਲ ਹੋ ਜਾਣੇ ਨੇ ਜਿਹੜਾ ਇੰਜਨ ਦੀ ਆਪਾਂ ਗੱਲ ਕਰੀਏ ਫਿਰ ਇਹ ਪੈਟਰੋਲ ਇੰਜਨ ਹੈ ਨਹੀਂ ਜੀ ਡੀਜ਼ਲ ਅੱਛਾ ਡੀਜ਼ਲ ਹੈ ਹਾਂ ਜੀ ਇਹ ਮੋਸਟਲੀ ਇਹ ਜਿਹੜੇ ਛੋਟੇ ਚੀਜ਼ਾਂ ਇਹ ਮਸ਼ੀਨਾਂ ਨੇ ਇਹ ਪੈਟਰੋਲ ਇੰਜਨਾਂ ਚ ਆਉਂਦੀਆਂ ਨੇ ਹਾਂ ਜੀ ਡੀਜ਼ਲ ਵੀ ਆਉਂਦੀਆਂ ਨੇ ਪੈਟਰੋਲ ਵੀ ਆਉਂਦੀਆਂ ਨੇ ਹੁਣ ਤੱਕ 4 ਸਾਲ ਤੁਹਾਨੂੰ ਹੋ ਗਏ ਫਿਰ ਖਰਚਾ ਖੁਰਚਾ ਹੱਥ ਤਾਂ ਨਹੀਂ ਲਵਾਏ ਨੇ ਸਿਰਫ ਇਹਦਾ ਤੇਲ ਬਦਲੀ ਕਰਦੇ ਜੀ ਗੇਅਰ ਦਾ ਔਰ ਇੰਜਨ ਆਲ ਬਦਲੀ ਕਰ ਲੀਦਾ ਇੱਕ ਦੋ ਸੀਲਾਂ ਪਈਆਂ ਸਿਰਫ ਇਹ ਟਾਂ ਵਾਲੀਆਂ ਬਾਕੀ ਕੁਝ ਨਹੀਂ ਕਰਿਆ ਇਹ ਤੋਂ ਪਹਿਲਾਂ ਫਿਰ ਤੁਸੀਂ ਕੀ ਵਰਦੇ ਤੇ ਚਲੋ ਨਵੀਂ ਤਕਨੀਕ ਆ ਗਈ ਇਹ ਤੋਂ ਪਹਿਲਾਂ ਵੀ ਫਿਰ ਵਾਹੀ ਬੂਹੀ ਕਰਨੀ ਹੁੰਦੀ ਆ ਛੋੜੇ ਕੀਲੇ ਜੇ ਆਪਾਂ ਫਸਲ ਸਬਜ਼ੀ ਬੀਜੀ ਆ ਟਰੈਕਟਰ ਲਗਾਉਣਾ ਔਖਾ ਹੋ ਜਾਂਦਾ ਫਿਰ ਇਹ ਤੋਂ ਪਹਿਲਾਂ ਕੀ ਵਰਤਦੇ ਸੀਗੇ ਅਸੀਂ ਹੱਥੇ ਜੀ ਮਰੇ ਪਹਿਲਾਂ ਬਹੁਤ ਤਰਫਾਲੀਆਂ ਤੇ ਹੱਥਾਂ ਵਾਲੀਆਂ ਕਈਆਂ ਇੱਕ ਹੱਥਾਂ ਵਾਲਾ ਹਲ ਜਾਂ ਲੈਂਦਾ ਮੂਰੇ ਬੰਦਾ ਖਿੱਚਦਾ ਤਾਂ ਉਹ ਹੀ ਲਹੂਰ ਕਰੇ ਜਿਹੜੇ ਕਰੇ ਚਾਲਾ ਤਾਂ ਪ੍ਰਮਾਤਮਾ ਨੇ ਰੰਗੇ ਲਾਤਾ ਠੀਕ ਹੈ ਤੇ ਬੱਬਾ ਜੀ ਜਿੰਮੇ ਰੋਟਾਬੈਟਰ ਦੀ ਆਪਾਂ ਗੱਲ ਕਰੀਏ ਤਾਂ ਇਹਦੀ ਚੜਾਈ ਵਗੈਰਾ ਕੀ ਹੈ ਤੇ ਪਾਵਰ ਕਿੰਨੀ ਕੀ ਦੀ ਇਹ ਜੀ ਰੋਟਾਬੈਟਰ ਚੌੜਾ ਤਾਂ ਹੈਗਾ ਲੋਕ ਮੰਨੇ ਨਹੀਂ ਜੀ ਕਹਿੰਦੇ 5 ਫੁੱਟ ਰੋਤਾ ਵੇੜਦਾ ਬੜੇ ਟਰੈਕਟਰ ਖਿੱਚਦਾ 6 ਫੁੱਟੇ ਕਿਵੇਂ ਖਿੱਚ ਲੂਗਾ ਆ ਕੇ ਮੰਨੇ ਆ ਜੀ 40 ਪੱਤੀਆਂ ਨੇ ਇਹਨੂੰ ਅੱਛਾ ਬਾਕੀ 9 ਚਪੀ ਦਾ ਇੰਜਨ ਹੈ ਜੀ 1 ਲੀਟਰ ਘੰਟੇ ਦਾ ਤੇਲ ਖਾਂਦਾ ਇਹ ਤਾਂ ਲੋਟੇ ਬਹੁਤ ਵਧੀਆ ਹੈ ਵਧੀਆ ਨਾਲੇ ਜਿਹੜੇ ਇੰਜਨ ਘਮਾਉਣਾ ਵੀ ਹੁੰਦਾ ਹੈ ਇੰਜਨ 3600 ਚੱਕਰ ਦਾ ਉਹਦੇ ਕਰਕੇ ਮਾਰ ਕਰੀ ਜਾਂਦਾ ਖੇਤ ਚ ਹਾਂ ਤੇ ਹੁਣ ਇੱਥੇ ਆਪਾਂ ਜੇਕਰ ਗੱਲ ਕਰਦੇ ਇੱਥੇ ਤੁਸੀਂ ਥੋੜਾ ਮੈਂ ਕਹਿੰਨਾ ਲਸਣ ਲਾਇਆ ਹੋਇਆ ਹਾਂਜੀ ਤੇ ਬਾਕੀ ਗਠੇ ਪਿਆਜ਼ ਹੋ ਗਿਆ ਤੇ ਇਧਰ ਪਾਲਕ ਵਗੈਰਾ ਲਾਈ ਹੋਈ ਆ ਤੇ ਇਹ ਜਿਹੜੀ ਨਿੱਕੀਆਂ ਨਿੱਕੀਆਂ ਕਿਆਰੀਆਂ ਤੁਸੀਂ ਬਣਾਈਆਂ ਕਿੰਨੇ ਕ ਏਰੀਆ ਰੱਖਦੇ ਹੋ ਪੂਰਾ ਬੜੀ ਫਾਇਦੇਮੰਦ ਜਿਹੜਾ ਕਰੀ ਅਸੀਂ ਜੇ ਇਹ ਮਤਲਬ 8 8 ਬਿਸਤ ਦੇ ਵੀ ਪਲਾਟ ਹੈਗੇ 10 ਬਿਸਤ ਵੀ ਦੇ ਪਲਾਟ ਇਹ ਤੋਂ ਬੜਾ ਨਹੀਂ ਕਰਦੇ ਕਿਉਂ ਕਈ ਵਾਰੀ ਫਿਰ ਥੋੜੀ ਚੀਜ਼ ਬੀਜਣੀ ਹੈ ਉਸ ਸਿਸਟਮ ਨਾਲ ਅਸੀਂ ਚੱਲਦੇ ਆਂ ਵੀ ਟਰਨ ਬਾਈ ਟਰਨ ਚੱਲਦਾ ਰਹੇ ਜੇ ਅਸੀਂ ਇਕੱਠਾ ਹੀ ਕੀਲਾ ਪਾਲਕ ਦਾ ਹੀ ਬੀਜਦੇ ਅੱਧਾ ਕੀਲਾ ਉਹ ਜੀ ਲੋਟ ਨਹੀਂ ਆਉਂਦਾ ਛੋਟੀਆਂ ਘੈਰੀਆਂ ਉੱਥੇ ਹੋਰ ਫਸਲ ਹੋ ਕਦੇ ਹੋਰ ਹੋ ਗਈ ਕਹਾ ਲੇਟ ਬੀਜੀ ਗਏ ਵਿਚਾਰ ਵਿੱਚ ਅੱਜ ਬੀਜ ਤੇ 4-10 ਦਿਨ ਨੂੰ ਟਰਨ ਬਾਈ ਟਰਨ ਚੱਲੀ ਜਾਂਦਾ ਕੰਮ ਫਿਰ ਆ ਫਿਰ ਵਿੱਚੇ ਬਾਇਆ ਹੋਇਆ ਸਾਰਾ ਹੁਣ ਤੋਂ ਬਾਅਦ ਹਾਂਜੀ ਇਹ ਬਹੁਣਾ ਇਹਦੀਆਂ 6 ਵਾੜਾਂ ਵਟ ਲਈਆਂ ਅਸੀਂ ਪਾਲਕ ਦੀਆਂ ਅੱਛਾ ਹਾਂਜੀ ਇਹ ਸੌਣ ਦੀ ਬਜਾਈ ਆ ਅੰਗਰੇਜ਼ੀ ਮਹੀਨੇ ਤੱਕ ਅਸੀਂ ਘਟ ਜਾਣ ਦਾ ਯਾਨੀ ਸੌਣ ਬਾਦੋਂ ਜਾਣਦੇ ਆ ਇਹ ਜੀ ਸੌਣ ਦੀ ਬਜਾਈ ਕਰੀ ਹੋਈ ਆ ਇਹਦੇ 7ਵੀਂ ਵਾੜਾ ਹੁਣ ਅਸੀਂ ਬੋਣੀ ਆ ਹੁਣ ਨਾ ਮੈਂ ਸਿਰੇ ਬੀਜਾਂਗੇ ਇਹਦੇ ਵਧੀਆ ਇਹਨੂੰ ਵਿੱਚ ਮਿਕਸ ਮਲਚਿੰਗ ਕਰ ਦਨੇ ਉਹ ਖਾਦ ਵੀ ਬਣ ਜਾਂਦੀ ਆ ਖਾਦ ਵਿੱਚੇ ਕੁੱਟਣਾ ਜੀ ਇਦਾਂ ਜਿਹੜੀ ਪਾਲਕ ਪਿੱਛੇ ਆਪਾਂ ਦੇਖ ਸਕਦੇ ਆ ਉਹ ਬਹੁਤ ਸੋਹਣੀ ਖੜੀ ਐ ਫਿਰ ਇਹਨਾਂ ਜਿਹੜੀ ਤੁਸੀਂ ਸਾਰੀਆਂ ਸਬਜ਼ੀਆਂ ਗਾਉਨੇ ਹੋ ਅਕਸਰ ਹੁੰਦਾ ਵੀ ਕਿਸਾਨਾਂ ਦਾ ਜਿਹੜਾ ਖਰਚਾ ਨਾ ਉਹ ਰਿਹਾਂ ਸਪ੍ਰੇਆਂ ਤੇ ਜ਼ਿਆਦਾ ਹੁੰਦਾ ਹੈ ਤੇ ਰਿਹਾਂ ਸਪ੍ਰੇਆਂ ਕਰਕੇ ਤੇ ਫਿਰ ਕਿੰਨਾ ਕੁ ਤੁਹਾਨੂੰ ਜ਼ਰੂਰਤ ਪੈ ਜਾਂਦੀ ਹੈ ਇਹਦੀ ਰੇਸ ਸਪਰੇ ਦੀ ਇਹੇ ਜੀ ਰੇਸ ਸਪਰੇ ਦੇ ਆਏ ਜੇ ਤਾਂ ਪਾਉਨੇ ਆ ਪੱਕੇ ਕੈਮੀਕਲ ਵਾਲੇ ਫਿਰ ਤੁਹਾਡਾ ਡਮਾਰਚ ਵਧਣੇ ਵਧਣਾ ਉਹਨੂੰ ਬਿਮਾਰੀ ਵੱਧ ਪੈਂਦੀ ਹੈ ਅਸੀਂ ਇਹਦੇ ਵਿੱਚ ਦੇਸੀ ਰਿਓ ਪਾਉਂਦੇ ਆ ਆਰ ਜਮੀਨ ਨੂੰ 60 ਦਿਨ ਖਾਲੀ ਛੱਡ ਦਿਆਂ। ਖਾਲੀ ਛੱਡਣਾ ਜਮੀਨ ਦੀ ਇੰਨੀ ਪਾਵਰ ਹੁੰਦੀ ਉਹ ਸਾਲ ਪਰ ਜਾਣਦੀ ਉਹ ਨਹੀਂ। ਦੇਸੀ ਰੋ ਪਾਦੀਦਾ। ਗੋਬਰ ਗੋਹਾ ਪਾ ਕੇ ਬਣਾ ਕੇ ਰੋ ਪਾਉਂਦੇ ਜੀ ਅਸੀਂ। ਸਿੱਟ ਲੈਣੇ 5-7 ਟਰਾਲੀਆਂ ਫਿਰ ਥਲਤੀਆਂ ਫਿਰ ਬਣਾ ਕੇ ਪਾਉਣਾ। ਮੁੜ ਕੇ ਤੁਸੀਂ ਅਸੀਂ ਤਾਂ ਡਾਈ ਕੈਮੀਕਲ ਬੰਦੇ ਕਰਤਾ। ਇੱਕ ਨੈਚੁਰਲ ਡਾਈ ਆ ਜੀ ਦੇਸੀ। ਉਹ ਲਿਉਂਦੇ ਹੁਣ। ਉਸੇ ਭਾਅ ਆਉਂਦਾ ਬਹੁਤ ਵਧੀਆ ਕੰਮ ਕਰਦਾ। ਹਾਂ ਜੀ ਅਸੀਂ ਬੰਦ ਕਰ ਰਹੇ ਹਾਂ ਇਹਨਾਂ ਨੂੰ ਕੈਮੀਕਲ ਖਾਦਾਂ ਨੂੰ। ਯਾਨੀ ਕੋਸ਼ਿਸ਼ ਹੈ 5-4 ਸਾਲ ਚ ਗਾਰੰਟੀ ਦੇ ਦਾਂਗੇ। ਹਾਂ ਜੀ। ਤੁਸੀਂ ਪਦੀਨਾ ਵਗੈਰਾ ਵੀ ਲਾਇਆ ਹੋਇਆ ਉਧਰ ਵੀ ਚਲਦੇ ਆ ਅੱਜ ਤੇ ਸਰਦਾਰ ਸਾਹਿਬ ਇੱਧਰ ਵੀ ਤੁਸੀਂ ਕਹ ਦੀ ਇਹ ਮੂਲੀ ਵਗੈਰਾ ਹੋਰ ਇੱਧਰ ਆਪਾਂ ਕਹ ਕਹ ਦੀ ਪਦੀਨਾ ਖੜਾ ਹੈ ਤੇ ਇਹ ਜਿਹੜੀਆਂ ਦੋ ਬਟਾਂ ਨੇ ਇੱਥੇ ਫਿਰ ਤੁਸੀਂ ਅੱਡ ਤੋਂ ਲਾਈਆਂ ਨੇ ਇਹ ਫਿਰ ਕੀ ਟ੍ਰੈਲ ਲਾਇਆ ਹੋਇਆ ਇਹ ਟ੍ਰੈਲ ਪਾਇਆ ਜੀ ਅਸੀਂ ਚਕੰਦਰ ਬੀਜ ਦੇ ਤੇ ਅੱਗੇ ਬੀਜ ਕੇਰਦੇ ਨੇ ਅੱਛਾ ਜੀ ਇੱਕ ਤਾਂ ਇਹ ਇੱਕ ਇੱਕ ਦਾਣੇ ਪਰ ਦੋ ਦੋ ਜੰਮੇ ਆਉਂਦੇ ਨੇ ਇੱਕ ਫਿਰ ਸੰਘਣੇ गिर ਜਾਂਦੇ ਨੇ ਇਹ ਅਸੀਂ ਮਤਲਬ ਪਨੀਰੀ ਸਿਸਟਮ ਕਰਿਆ ਸੰਗਣੇ ਜੰਮਿਆਂ ਚੋਂ ਪੱਟ ਕੇ ਲਾਏ ਨੇ ਬਰਾਬਰ ਫਾਸਲੇ ਤੇ ਵੀ ਸਾਰੇ ਇੱਕਸਾਰ ਆਉਣਗੇ ਇਹ ਟ੍ਰੈਲ ਜੀ ਪਹਿਲੇ ਸਾਲ ਆ ਵੀ ਪਨੀਰੀ ਤੋਂ ਚਕੰਦਰ ਤਿਆਰ ਕਰਕੇ ਦੇਖਣਾ ਜੇ ਅਗਰੇ ਹੋਗਾ ਤਾਂ ਸਾਰੇ ਇੱਕਸਾਰ ਆਉਣਗੇ ਜਿਵੇਂ ਤੁਸੀਂ ਦੇਖੋ ਫਾਸਲਾ ਬਰਾਬਰ ਹੈ ਹਰ ਇੱਕ ਬਰਾਬਰ ਹੋਊਗਾ ਹੁਣ ਜਿੱਥੇ ਚਾਰ ਜੰਮੇ ਆਏ ਉੱਥੇ ਛੋਟੇ ਰਹਿ ਜਾਂਦੇ ਨੇ ਮਾਰਕੀਟ ਚ ਉਸ ਨੂੰ ਅਸਰ ਪੈਂਦਾ ਆ ਚੱਕਰ ਤਾਂ ਉੱਥੋਂ ਇਹ ਤੇ ਜਾਣਫਾ ਕਰੇ ਜੀ ਠੀਕ ਹੈ ਸਿਕੰਦਰਲ ਫਿਰ ਮੂਲੀਆਂ ਦਾ ਕੰਮ ਵੀ ਤੁਸੀਂ ਪਹਿਲਾਂ ਸ਼ੁਰੂਤੀ ਕਰਦੇ ਹੋ ਨੇ ਫਿਰ ਹਾਂ ਜੀ ਜਦ ਦੇ ਹੀ मतलब 85 86 ਤੋਂ ਕਹ ਲੋ ਐਵਰੇਜ ਉੱਥੋਂ ਹੀ ਮੂਲੀਓ ਬੀਜਦੀ ਪਹਿਲਾਂ ਥੋੜੀ ਜੀ ਥੋੜੀ ਜੀ ਪਾਲਕ ਪੂਲਕ ਬੀਜ ਕੇ ਬਸ ਇੰਨੇ ਗਾਹ ਵੱਧ ਗਏ ਜੁਣ ਕਈ ਵਾਰ ਹੁੰਦਾ ਕਿਸਾਨ ਇੱਕ ਫਸਲ ਦੀ ਜ਼ਿਆਦਾ ਧਿਆਨ ਦੇ ਦਿੰਦੇ ਨੇ ਵੀ ਜੇ ਮੈਂ ਅਗਲਾ ਕੋਈ ਮੂਲੀ ਲਾਉਂਦਾ ਤਾਂ ਕਹਾਂ ਵੀ ਚਲ ਸਾਰੇ ਜੀ ਮੂਲੀਓ ਲਾ ਦਨੇ ਆ ਤੇ ਪਰ ਤੁਸੀਂ ਥੋੜਾ ਥੋੜਾ ਹੋ ਕੇ ਐਦਾਂ ਕਦੇ ਸੋਚਿਆ ਨਹੀਂ ਵੀ ਹਾਂ ਯਾਰ ਇੱਕ ਫਸਲ ਹੀ ਲਾ ਲਓ ਉਹਦੇ ਚ ਕਈ ਗੱਲਾਂ ਹੋ ਜਾਂਦੀਆਂ ਨੇ ਇੱਕ ਫਸਲ ਪਹਿਲਾਂ ਸਾਨੂੰ ਮੰਡੀ ਛੋਟੀ ਆ ਕਮਾਣੋ ਇਹਨੂੰ ਵੇਚਣ ਵਾਸਤੇ ਇੱਕੋ ਫਸਲ ਲਾ ਦਾਂਗੇ ਤਾਂ ਮੂਲੀ ਕਿੰਨੀ ਜਾਊ ਬੇਚਣੀ ਔਖੀ ਹੋ ਜੂ ਇੱਕ ਜੀ ਜਿਆਦਾ ਉੱਥੇ ਬਾਰ ਬਾਰ ਅਸੀਂ ਮੂਲੀ ਲਾਏਂਗਾ ਨਾ ਆਖਰ ਨੂੰ ਖੇਚ ਮੂਲੀ ਹੋਣ ਤੇ ਹਟ ਜੂ ਫਸਲੀ ਚੱਕਰ ਨਹੀਂ ਹੋਣਾ ਹੁਣ ਇਹਦੇ ਨਾਲ ਫਸਲੀ ਚੱਕਰ ਹੋ ਜਾਣਾ ਐ ਕਿ ਪਾਲਕ ਇੱਥੇ ਉੱਥੇ ਗਾਹਾਂ ਨੂੰ ਮੂਲੀ ਉੱਥੇ ਗਾਹਾਂ ਨੂੰ ਧਨੀਆਂ ਤਨੀਏ ਵਾਲੇ ਤੋਂ ਮੇਥੀ ਮੇਥੀ ਵਾਲੇ ਤੋਂ ਤਕੰਦਰ ਆਈ ਜੀ ਇਹ ਮਤਲਬ ਫਸਲੀ ਚੱਕਰ ਦਾ ਵੀ ਜ਼ਰੂਰੀ ਹੈ ਨਾ ਉਹ ਵੀ ਜ਼ਰੂਰੀ ਹੈ ਪਦੀਨਾ ਵੀ ਤੁਸੀਂ ਸਾਰਾ ਲੈ ਆਇਆ ਹਾਂ ਇਹ ਫਿਰ ਪਦੀਨਾ ਦਾ ਫਿਰ ਵੇਣੀ ਕੀ ਹੁੰਦਾ ਵੀ ਕੀ ਫਸਲਾਂ ਹੁੰਦੀਆਂ ਨੇ ਆਪਾਂ ਨੂੰ ਪਦੀ 3-4 ਮਹੀਨੇ ਬਾਅਦ ਤਿਆਰ ਹੋਣੀਆਂ ਨੇ ਕੁਝ ਖੁੰਦੀ ਵੀ ਨਾਲ ਦੀ ਨਾਲ ਵੇਚੀ ਜਾਓ ਫਿਰ ਇਹ ਫਿਰ ਤੁਸੀਂ ਇਹਦੀ ਜਿਹੜੀ ਹਾਰਵੈਸਟਿੰਗ ਹੈ ਉਹ ਕਿਵੇਂ ਕਰਦੇ ਹੋ ਕਿਵੇਂ ਵੇਚਦੇ ਉਹਨੂੰ ਲੋਕਲ ਮੰਡੀ ਛੋਟਾ ਛੋਟਾ ਕਰਕੇ ਹਾਂ ਜੀ ਇਹ ਤਾਂ ਖਮਾਣੋ ਹੀ ਵਿਕੀ ਜਾਂਦਾ ਜੀ ਇਹ ਤਾਂ ਟਿਕਟਾਂ ਦੇ ਵਿਕਣ ਵਾਲੀ ਚੀਜ਼ ਹੈ ਠੰਡ ਚ ਤਾਂ ਮੈਂ ਲੋਕਾਂ ਦੇ ਠੰਡ ਚ ਕੌਣ ਕਹਿੰਦਾ ਮਿਲਦਾ ਨਹੀਂ ਜੀ ਇਹ ਤਾਂ ਰਸਾਂ ਵਾਲੀਆਂ ਖਲਾੜੀਆਂ ਆ ਨਾ ਵਗੈਰਾ ਆ ਸਾਡੇ ਦੇਖ ਲਓ ਤੁਸੀਂ ਇਹ ਸੀਗਾ ਐਤਕੀ ਟ੍ਰਾਂਸਪਲੈਂਟ ਕਰਨਾ ਜਗਾ ਬਦਲ ਲਿਆ 12 ਸਾਲ ਹੋ ਗਏ ਇੱਥੇ ਜੀ 12 ਸਾਲ ਇੱਥੇ ਲਾਈਨ ਹੋ ਗਏ ਇੱਕੋ ਜਗ੍ਹਾ ਉਹ ਜਗਾ ਸੰਭਾਲ ਰੱਖਦੇ ਆ ਬਹੁਤ ਕੱਖ ਨਾ ਹੋ ਨਾ ਘੜ ਦਿੰਨੇ ਆ ਬਾਕੀ ਤੁਸੀਂ ਜੇ ਤੁਹਾਨੂੰ ਦੱਸੀਏ ਇਹ ਤਾਂ ਪੰਜ ਵਸੇ ਵਸੇ ਜਗਾ 60 ਹਜ਼ਾਰ ਦਾ ਤਾਂ ਵੇਚੇ ਦਿੰਨੇ ਆ ਸੀ ਸਾਲ ਚ ਜੇ ਕਿਸੇ ਨੂੰ ਕਹੀਏ ਜੱਟਾਂ ਨੇ ਮੰਨਣਾ ਨਹੀਂ ਹੈਗਾ ਪਦੀਨਾ ਪਦੀਨਾ ਪੂਰੀਲਾ ਫੇਲ ਕਰ ਦਿੰਨੇ ਆ ਅਸੀਂ ਕਣਕ ਚੀਰੀ ਦਾ ਇਹਦੇ ਨਾਲ ਨਹੀਂ ਗੱਲ ਇਹ ਹੀ ਹੈ ਨਾ ਜੀ ਆਪਾਂ ਇਕੱਠੀ ਫਸਲ ਨਾਲ ਥੋੜਾ ਥੋੜਾ ਵੇਚਦੇ ਆ ਤਾਂ ਮਾਰਕੀਟ ਚ ਉਹਦਾ ਸਹੀ ਮੁੱਲ ਮਿਲ ਜਾਂਦਾ ਸਹੀ ਮੁੱਲ ਮਿਲਦਾ ਜੇ ਲੋੜ ਮੁਤਾਬਕ ਜੇ ਹੁਣ ਆਪਾਂ ਜਾ ਕੇ ਗਰੇਲਾ ਤਾਂ ਪਦੀਨੇ ਦਾ ਇੱਕ ਦਿਨ ਬਿਗ ਗਿਆ ਚਾਰ ਦਿਨ ਦੁਕਾਨੇ ਤੇ ਵੀ ਸੁੱਕਦਾ ਇਹ ਤਾਂ ਜੀ ਮਤਲਬ ਆਰਡਰ ਤੇ ਹੀ ਮੰਨੋ ਵੀ ਅੱਜ 40 ਬਟੇ 40 ਹੋਣੇ ਰੋਜ਼ ਰੋਜ਼ ਵੇਚਣਾ ਤੁਹਾਨੂੰ ਔਖਾ ਨਹੀਂ ਲੱਗਦਾ ਨਾ ਜੀ ਰੋ ਜਾਓ ਮੰਡੀ ਚ ਕੱਲੂ ਐਤਵਾਰ ਹੈ ਜੀ ਅੱਜ ਸਾਡਾ ਅੱਜ ਐਤਵਾਰ ਆ ਜਾਣੀ ਸਾਰੀ ਸਾਰੀ ਸਬਜ਼ੀ ਵੱਢਣੀ ਨਹੀਂ ਕੱਲੂ ਐਤਵਾਰ ਹੈ ਸਾਨੂੰ ਤਾਂ ਕੱਲ ਨੂੰ ਔਖਾ ਹੋ ਜਾਣਾ ਤੜਕੇ ਨੂੰ ਵੀ ਅਸੀਂ ਅੱਜ ਮੰਡੀ ਨਹੀਂ ਗਏ ਉਹ ਵੀ ਔਖਾ ਹੈ ਹਾਂ ਮੰਡੀ ਰੋਜ਼ ਰੁਟੀਨ ਬਣ ਗਈ ਜੋ ਤਾਂ ਯਾਦ ਹੀ ਨਹੀਂ ਮੰਡੀ ਵਾਲਾ ਕੰਮ ਦਾ ਤੇ ਜੇ ਜੇ ਹੁਣ ਆਪਾਂ ਗੱਲ ਕਰੀਏ ਵੀ ਬੱਕ ਬੱਕ ਫਸਲਾਂ ਦੀ ਗੱਲ ਕਰੀਏ ਕੋਈ ਅਨਾਜ ਵਾਲੀਆਂ ਜਿਵੇਂ ਕਣਕ ਵਗੈਰਾ ਚੋਂ ਨਾ ਹੋਰ ਕੋਈ ਫਸਲਾਂ ਵੀ ਕੋਣ ਨੇ ਕਿ ਸਾਰਾ ਵੀ ਹੁਣ ਸਬਜ਼ੀ ਦੀ ਧਿਆਨ ਹੈ ਜਾਨੀ ਕਿ ਇਹੀ ਠੀਕ ਹੈ ਨਹੀਂ ਜੀ ਮਤਲਬ ਤਾਂ ਕੀ ਹੈ 99 ਚੀਜ਼ਾਂ ਜ਼ਿੰਮੇਵਾਰ ਮੁੱਲ ਲੈਂਦਾ ਇੱਕ ਕਣਕ ਘਰ ਦੀ ਕਰ ਲੈਂਦਾ ਖਾਣ ਨੂੰ ਚੌਲ ਤਾਂ ਹੀ ਖਾਂਦੇ ਨਹੀਂ ਆਪਣੇ ਲੋਕਾਂ ਗੰਨਾ ਵੇਚ ਦਿੰਨੇ ਆ ਚੀਨੀ ਲੈਣੇ ਆ ਇੱਕ 99 ਚੀਜ਼ਾਂ ਜਦ ਆਪਾਂ ਮੁੱਲ ਲੈ ਸਕਦੇ ਆ ਆਪਾਂ ਕਲੀ ਕਣਕ ਵੀ ਮੁੱਲ ਲੈ ਸਕਦੇ ਆ ਫਸਲਾਂ ਹੋਰ ਬਦਲਣ ਲੋਕ ਹੋਰ ਬਦਲਣਾ ਹੜਦੀ ਐ ਸਰੋਂ ਆ ਜਾਂ ਕੋਈ ਹੋਰ ਇਹਨਾਂ ਨੂੰ ਬਦਲੀ ਕਰਨਾ ਤਾਂ ਫਾਇਦਾ ਨਾ ਇੱਕੋ ਫਸਲ ਬੀਜਣ ਨਾਲ ਬਾਰ-ਬਾਰੋ ਜ਼ਮੀਨ ਵੀ ਖਰਾਬ ਹੋਗੀ ਅਸੀ ਤਾਂ ਕਣਕ ਦਾਣੇ ਮੁੱਲ ਲੈਨੇ ਜੀ ਮਾਝਾ ਆਹੀ ਨਹੀਂ ਮੁੱਕਦੀ ਜਗਾ ਦੀ ਸਾਲ ਭਰ ਦਾ ਦੁੱਧ ਪੂਰਾ ਕਰਨਾ ਜੀ ਤੁਸੀਂ ਦੱਸੇ ਵੀ ਇਹਦੇ ਵਿੱਚ ਕਾਫੀ ਲੰਮਾ ਅਰਸਾ ਹੋ ਗਿਆ ਸਮਾ ਪਦੀਨੇ ਦੇ ਫਸਲ ਲੈਂਦੇ ਆ ਇਹਨੂੰ ਇਹਦੇ ਵਿੱਚੋਂ ਵੀ ਤੇ ਫਿਰ ਇਹਦੇ ਵਿੱਚ ਕਦੇ ਦੇਸੀ ਖਾਦ ਤੋਂ ਬਿਨਾਂ ਹਰ ਕੁਝ ਨਹੀਂ ਪਾਇਆ ਲੋੜ ਨਹੀਂ ਪਈ ਆਪੇ ਸਾਰਾ ਕੁਝ ਫਿਕਸ ਕਰ ਲੈਣੀ ਹੈ ਹਾਂ ਜੀ ਪਹਿਲੇ ਫੀਟਿੰਗੇ ਦੀ ਪੂਰੀ ਕਰਿਆ ਮੁੜਕਦਾ ਤਾਂ ਨਦੀਨ ਦੀ ਉਹ ਪ੍ਰੋਬਲਮ ਆ ਵੀ ਨਮਾ ਨਮਾ ਨਦੀਨ ਆ ਜਾਂਦਾ ਵੱਧ ਕਰਕੇ ਹੁਣ ਇਹਨੂੰ ਬਦਲ ਦਾਂਗੇ ਮਤਲਬ ਹੱਥਾਂ ਨਾਲ ਨਦੀਨ ਕੱਢ ਦਿੱਤਾ ਆ ਖੜਾ ਦੇਖ ਲਓ ਤੁਹਾਡੇ ਸਾਹਮਣੇ ਨਹੀਂ ਹੀ ਖਰਚੇ ਕੀਟਨਾਸ਼ਕ ਦਵਾਈਆਂ ਤੇ ਕਿਸਾਨ ਇੰਨੇ ਪੈਸੇ ਲਾ ਦਿੰਦਾ ਕਿ ਉਹ ਜੋ ਉਹੀ ਨਹੀਂ ਬਚਦਾ ਉਹਨੂੰ ਤਾਂ ਹੀ ਜੇ ਤੁਸੀਂ ਹੱਥਾਂ ਨਾਲ ਕਰਦੇ ਹੋ ਤੇ ਦੇਸੀ ਤਰੀਕੇ ਨਾਲ ਕਰਦੇ ਹੋ ਤੁਹਾਡਾ ਖਰਚਾ ਵੀ ਘਟ ਜਾ। ਖਰਚਾ ਘਟਣਾ ਹੀ ਘਟਣਾ ਜੇ ਉਹ ਤਾਂ ਫਿਰ ਬਾਕੀ ਹੁੰਦਾ ਆਪਣਾ ਆਸਾਬ ਕਿਤਾਬ ਵੀ ਜਿਵੇਂ ਜਿਹੜੀ ਫੰਗਸ ਵਾਲੀਆਂ ਸਬਰੀਆਂ ਨੇ ਇਹ ਆਪਾਂ ਕਿੰਨੀਆਂ ਕਰਦੇ ਹਾਂ। ਯਾਦ ਆਪਾਂ ਦੇਸੀ ਰਿਓ ਪਾਤਾ। ਉਹਦੇ ਚ 18 ਦੇ 18 ਤੱਤ ਮੌਜੂਦ ਨੇ। ਉਹ ਫਸਲ ਨੂੰ ਇੰਟਰਨਲ ਮਿਲ ਗਏ ਅੰਦਰ ਦੀ। ਪੱਤੇ ਦੇ ਵਿੱਚ ਆ ਗਏ ਤੁਸੀਂ ਐਮ 45 ਅੱਧਾ ਕਿਲੋ ਕਰੇਂਗੇ ਇਕਲੇ ਪਰ ਉਹਦੇ ਉੱਪਰ ਛਿੱਟੇ ਹੀ ਪਏ ਨੇ ਉਹ ਬਾਹਰੋਂ ਗਈ ਉਹ ਕਿੰਨਾ ਕੋ ਦਾ ਫਾਇਦਾ ਕਰ ਦੂ ਕਿ ਤੇਲ ਜਿਹਾ ਲੱਗ ਗਿਆ ਇੱਕ ਜਿਹੜੇ ਅੰਦਰ ਇਹ ਉਹਦੇ ਤੱਤ ਆ ਗਏ ਫੰਗਸ ਤੇ ਜਿਹੜੇ ਆਪੋਜੀਟ ਤੱਤ ਨਾਲ ਉਹਦੇ ਵਿੱਚ ਪੂਰੇ ਆ ਗਏ ਉਹਨੂੰ ਪੈਂਦੀ ਹੋਣੀ ਇਹ ਅਸੀਂ ਇੱਕ ਡਾਕਟਰ ਕੋਲੋਂ ਸਿੱਖਿਆ ਦਾ ਦਰਸ਼ਨ ਸਿੰਘ ਜੀ ਸਮਾਂ ਇੱਕ ਨਿੱਕੇ ਜਿਹਾ ਬ੍ਰੇਕ ਦਾ ਹੋ ਗਿਆ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਜੀ ਧੰਨਵਾਦ ਜੀ ਨਾਲ ਚਾਹ ਪਾਣੀ ਪੀ ਲੈਨੇ ਆ ਜੀ ਗਲਬਤ ਕਰ ਰਹੇ ਸੀਗੇ ਸਰਦਾਰ ਦਰਸ਼ਨ ਸਿੰਘ ਜੀ ਨਾਲ ਫਿਲਹਾਲ ਸਮੇਂ ਕਿਨਕੇ ਚ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਆਪਾਂ ਫਿਰ ਤੋਂ ਗੱਲਬਾਤ ਕਰਾਂਗੇ ਕੋਈ ਕਾਫੀ ਸਬਜ਼ੀਆਂ ਹੋਰ ਵੀ ਇਹਨਾਂ ਨੇ ਉਗਾਈਆਂ ਹੋਈਆਂ ਨੇ ਤੇ ਹੋਰ ਇਹਨਾਂ ਦੀ ਜ਼ਿੰਦਗੀ ਦੇ ਤਜਰਬੇ ਕਿਵੇਂ ਰਹੇ ਕਿਵੇਂ ਖੇਤੀ ਕਰਦੇ ਸੀ ਤੇ ਖਾਸ ਤੌਰ ਤੇ ਖੇਤੀਵਾਲ ਵੀ ਕਿਵੇਂ ਆਏ ਤੋਂ ਕਾਫੀ ਲੰਬਾ ਤਜਰਬਾ ਹੈ ਉਮੀਦ ਕਰਾਂਗੇ ਕਿ ਬ੍ਰੇਕ ਤੋਂ ਬਾਅਦ ਵਾਲੇ ਥੋੜੇ ਸਮੇਂ ਵਿੱਚ ਇਸ ਨੂੰ ਆਪਾਂ ਕਵਰ ਕਰ ਸਕੀਏ ਸੋ ਮਿਲਦੇ ਆ ਬ੍ਰੇਕ ਤੋਂ ਬਾਅਦ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਗੱਲਬਾਤ ਕਰ ਰਹੇ ਸੀਗੇ ਸਰਦਾਰ ਦਰਸ਼ਨ ਸਿੰਘ ਜੀ ਨਾਲ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਇਹ ਗੱਲਾਂ ਤੁਸੀਂ ਕਰ ਰਹੇ ਸੀਗੇ ਤੁਹਾਡੀਆਂ ਸਬਜ਼ੀਆਂ ਦੇ ਬਾਰੇ ਫਸਲਾਂ ਦੇ ਬਾਰੇ ਤੇ ਆਪਾਂ ਇੱਥੇ ਇੱਕ ਤੁਸੀਂ ਖੁੱਡਾ ਜਿਹਾ ਬਣਾਇਆ ਹੋਇਆ ਦੇਖਣ ਲਈ ਜਮੇ ਗੋਬਰ ਗੈਸ ਪਲਾਂਟ ਕੀਤੀ ਹੋਈ ਹੈ ਇੱਥੇ ਇੱਕ ਗੱਭੇ ਨਿਸ਼ਾਨੀ ਡੰਡਾ ਗੱਡਿਆ ਹੋਇਆ ਇਹ ਕੀ ਤੁਸੀਂ ਕੀ ਪ੍ਰੋਜੈਕਟ ਲਾਇਆ ਹੋਇਆ ਇੱਥੇ ਆ ਤਾਂ ਜੀ ਜਿੱਥੇ ਡੰਡਾ ਗੱਡਿਆ ਹੈ ਇੱਥੇ ਤਾਂ ਲੈਟਰਨ ਬਣਾਉਣੀ ਪੈਗੀ ਜੀ ਨੌਕਰ ਕਰਕੇ ਅੱਛਾ ਅਸੀਂ ਆਲੇ-ਦਾਲੇ ਘਰ ਹੋ ਹੋ ਨੌਕਰ ਨੂੰ ਦਿਨ ਚ ਰੁੱਤ ਚ ਹੋਵੇ ਅਸੀਂ ਤਾਂ ਅੰਦਰ ਸਾਡੇ ਹੈਗੀ ਮਕਾਨ ਦੇ ਅੰਦਰ ਉਹ ਕਿੱਥੇ ਜਾਵੇ ਉਹਦੇ ਮਾਰੇ ਇੱਥੇ ਤਾਂ ਖੂਹੀ ਟੱਕਦੀ ਅਸੀਂ ਅੱਛਾ ਸਲੇਬ ਧਰ ਕੇ ਇੱਥੇ ਜੀ ਲੈਟਰਨ ਬਣਾਉਣੀ ਉਹ ਡੰਡਾ ਉੱਥੇ ਆ ਜਿੱਥੋਂ ਪੈਪ ਪਾਉਣਾ ਅੱਛਾ ਥੱਲੇ ਨੂੰ ਇਹ ਨਿਸ਼ਾਨੀ ਰੱਖੀ ਹੋਈ ਹੈ ਇਹ ਨਿਸ਼ਾਨੀ ਲਾਈ ਹੋਈ ਹੈ ਜੀ ਹਾਂ ਉਹ ਤੋਂ ਬਾਅਦ ਫਿਰ ਇੱਧਰ ਨੂੰ ਕੀ ਸਿਸਟਮ ਲਾਇਆ ਹੋਇਆ ਇਹ ਤੁਸੀਂ ਹਾਂ ਜੀ ਕਿਹੜਾ ਇਹ ਵਾਲਾ ਇਹ ਤਾਂ ਜੀ ਪਾਣੀ ਦੀ ਪ੍ਰੋਬਲਮ ਆ ਗਈ ਸੀ ਅੱਛਾ ਵੀ ਬਰਸਾਤ ਦਾ ਪਾਣੀ ਜ਼ਿਆਦਾ ਹੋ ਜਾਣਾ ਹੂੰ ਖਾਣਾ ਨਾ ਇੱਕ ਸਾਲ ਖਾਸਾ ਨੁਕਸਾਨ ਹੋਇਆ ਸੀ ਜਦ ਇਹ ਬਦਲਾਅ ਕਰਤਾ ਇਹ ਜੀ 25000 ਰੁਪਏ ਲੱਗੇ। ਅੱਛਾ। ਇਹ ਅਸੀਂ ਜੀ ਖੂਹੀ ਬਣਾਈ ਐ ਪਾਣੀ ਜੀਰਨੇ ਵਾਲੀ। ਠੀਕ ਐ। ਮਤਲਬ ਅਸੀਂ ਇਹ 20 ਫੁੱਟ ਪਟਲੀ। ਹਮਮ। ਪੱਕੀ ਕਰਨ ਲੱਗੇ। ਫੇਰ ਵਿਚਾਰ ਬਦਲ ਗਈ। ਰੇਤਾ ਸਸਤਾ ਹੋ ਗਿਆ ਅਸੀਂ ਜੀ ਲਿਆ ਕੇ 300 ਫੁੱਟ ਰੇਤਾ ਅੜਿਚ ਪਾਤਾ। ਹਮਮ। 7 ਫੁੱਟ ਰਹਿ ਗਈ। ਹਮਮ। ਆਪਣੇ ਉੱਪਰ ਉੱਥੋਂ ਅਸੀਂ ਬੀਮਗੋਲ ਲਾ ਕੇ ਉੱਪਰ ਚੱਕ ਕੇ ਪੱਕੀ ਕਰਤੀ ਇਹ ਜੀ ਪਾਣੀ ਖਾਂਦੀ ਆ ਬਰਸਾਤ ਦਾ ਛੜਦੀ ਉਹ ਨਹੀਂ ਜਿੰਨਾ ਮਰਜੀ ਆ ਜਾਵੇ ਓਵਰਲੂਡ ਪਾਣੀ ਗੱਲ ਸੀ ਗੱਲ ਜਦੋਂ ਬਰਸਾਤਾਂ ਹੁੰਦੀਆਂ ਨੇ ਅਕਸਰ ਇਹ ਵੀ ਸਮੱਸਿਆ ਰਹਿੰਦੀ ਆ ਆਜੂ ਵੀ ਫਸਲਾਂ ਖਰਾਬ ਹੋ ਜਾਂਦੀਆਂ ਨੇ ਜਿਆਦਾ ਪਾਣੀ ਖੜਨ ਕਰਕੇ ਵੀ ਕਈ ਵਾਰ ਕਹਿੰਦੇ ਘਾਟ ਵੀ ਮਾਰ ਜਾਂਦੀ ਆ ਤੇ ਬਹੁਤ ਆਤ ਵੀ ਮਾਰ ਜਾਂਦੀ ਆ ਤੇ ਚਲੋ ਬਹੁਤ ਵਧੀਆ ਉਪਰਾਲਾ ਜੀ ਇੱਕ ਤਾਂ ਪਾਣੀ ਨੂੰ ਆਪਾਂ ਕਰਨ ਦਾ ਤੇ ਇੱਧਰ ਤੁਸੀਂ ਮੂਲੀਆਂ ਵਗੈਰਾ ਲਾਈਆਂ ਹੋਈਆਂ ਨੇ ਹਾਂਜੀ ਹਾਂਜੀ ਤੇ ਕਿਵੇਂ ਦੀ ਵੈਰੈਟੀ ਆ ਫਿਰ ਮੜੇ ਪੱਟ ਕੇ ਤਾਂ ਦਿਖਾਓ ਕੋਈ ਹਾਂਜੀ ਦਿਖਾਉਂਦੇ ਹਾਂ ਹਾਂ सरदार साहब ने मूली क्ड के दिखती है वैसे अक्सर दर्शन जी होंगे भी जो भी आप मूलिया वगैरा लाने ਤਾਕੀ ਇਹਦੇ ਦਾਗ ਵਗੈਰਾ ਬਹੁਤ ਹੁੰਦੇ ਨੇ ਹੁਣ ਜੇ ਮੈਂ ਤੁਹਾਡੀ ਆਪਮੁਲੀ ਦੇਖ ਸਕਦੇ ਨੇ ਕਾਫੀ ਜ਼ਿਆਦਾ ਚਿੱਟੀ ਪਈ ਆ ਕਿਸੇ ਕਿਸਮ ਦਾ ਕੋਈ ਚਿੱਟਾ ਪੀਲਾ ਦਾਣ ਨਹੀਂ ਕੋਈ ਪੱਤੇ ਵੀ ਹਰੇ ਪੈ ਨੇ ਕੋਈ ਬਾਹਲੇ ਦੇ ਤੇ ਕਿਸੇ ਤੇ ਕੋਈ ਨਿਸ਼ਾਨ ਨਹੀਂ ਹੈਗੇ ਪਰ ਅਕਸਰ ਜਿਹੜੀ ਆਪ ਮੰਡੀਆਂ ਚੋਂ ਮੂਲੀਆਂ ਲੈਂਦੇ ਆ ਤਾਂ ਉਹ ਹੁੰਦੀਆਂ ਤਾਂ ਸਹਿਜ ਦਾ ਬਹੁਤ ਵੱਡੀਆਂ ਹੁੰਦੀਆਂ ਨੇ ਪਰ ਨਾਲ ਦੀ ਨਾਲ ਜਿਹੜਾ ਉਹਨਾਂ ਦੇ ਤੇ ਇਹ ਜਿਹੀਆਂ ਸਮੱਸਿਆਵਾਂ ਵੀ ਹੁੰਦੀਆਂ ਨੇ ਉਹਦਾ ਕੀ ਕਾਰਨ ਆਪ ਮੰਨ ਸਕਦੇ ਤੁਸੀਂ ਜੀ ਉਹਦਾ ਜਿਹੇ ਕਾਰਨ ਇਹ ਹੈ ਜਿਹੜੀ ਫੰਗਸ ਹੈ ਇਹ ਹੀ ਸਭ ਕੁਝ ਕਰਦੀ ਹੈ ਧਰਤੀ ਦੇ ਵਿੱਚ ਵੀ ਫੰਗਸ ਹੈ ਤੇ ਬਾਹਰ ਵੀ ਹੈ ਉਹ ਮਾਤਲ ਜਿਵੇਂ ਸਪਰੀ ਹਾਂ ਕਰਾਉਂਦੇ ਨੇ ਦੁਕਾਨਦਾਰ ਐਮ 45 ਜ਼ਿੰਮੇਵਾਰ ਉਹਨੂੰ ਪੜਦਾ ਤਾਂ ਹੈ ਨਹੀਂ ਉੱਪਰ ਤੇ ਕੋਹਲੀ ਢੋਲੇ ਚ ਕਰਤੀ ਬਈ ਕਹਿੰਦੇ ਜੀ ਹਟ ਗਈ ਉਹ ਕੁਛ ਦਿਨ ਬਾਅਦ ਤੇ ਹਟ ਗਿਆ ਕੈਮੀਕਲ ਦਾ ਉਹਦੇ ਵਿੱਚ ਹੁੰਦਾ ਕੀ ਹੈ ਜ਼ਿੰਮੇਵਾਰ ਪੜਦਾ ਨਹੀਂ ਸਾਨੂੰ ਜੀ ਕੰਘਣਾਲ ਦੇ ਡਾਕਟਰ ਤਾਂ ਕੋਈ ਲੁਧਿਆਣੇ ਪੀਜੂ ਚ ਇਹ ਗੱਲ ਸਿਕਾਈ ਉਹਨੇ ਕਹਿੰਦਾ ਵੀ ਤੁਸੀਂ ਐਮ 45 ਕਰ ਦਿਓ ਮੈਂ ਕਹਾ ਹਾਂ ਜੀ ਕਹਿੰਦਾ ਡੱਬਾ ਕਦੇ ਪੜਿਆ ਉੱਪਰ ਲਿਖਿਆ ਵਾ ਮੈਂ ਕਹਾ ਜੀ ਅੰਸਰਾਣਾ ਲਾ ਕੇ ਟੁੱਟੀ ਮੰਜੀ ਉਪਰ ਬਹਿ ਕੇ ਪੜਦਾ ਫੇਰ ਕਰਦਾ ਕਹਿੰਦਾ ਕੀ ਆ ਉਹਦੇ ਵਿੱਚ ਮੈਂ ਜੀ ਉਹਨੂੰ ਦੱਸਦੇ ਦੋ ਚਾਰ ਗੱਲਾਂ ਵੀ ਕਾਪਰ ਮੈਗਨੀਜ਼ ਆਪਣੇ ਆਇਰਨ ਨਾਲ ਇਹ ਜੇ ਤੱਤ ਹੁੰਦੇ ਨੇ ਉਹ ਤਾਂ ਤੱਪਾਂ ਦਿੱਤੇ ਐ 45 ਦੇ ਇਹਨੂੰ ਬਾਹਰੋਂ ਕਿੰਨਾ ਕੁ ਹੋ ਗਿਆ ਇੱਕ ਆਪਾਂ ਤੇਲ ਲਾਉਂਦੇ ਆਂ ਸਰੀਰ ਤੇ ਕਿੰਨਾ ਕੁ ਫਾਇਦਾ ਹੋ ਗਿਆ ਕਿ ਆਪਾਂ ਕਿਉ ਪਈਆ ਪੀ ਲਈਏ ਅੰਦਰੋਂ ਨਿਕਲਿਆਉਣਾ ਉਹਦੇ ਬਣ ਕੇ ਆਪੇ ਸਫਾਈ ਆ ਜਾਣੀ ਐ ਬਾਹਰ ਵੀ ਸਫਾਈ ਆ ਜਾਣੀ ਉਹਦੇ ਨਾਲ ਉਹੀ ਸਿਸਟਮ ਐ ਅਸੀਂ ਦੇਸੀ ਗੋਬਰ ਖਾਦ ਜਿਹੜੀ ਐਨੀ ਬਣਾ ਕੇ ਇੱਕ ਵਾਰ ਘਰੋਂ ਪਲਟੀ ਕਰੀ ਫੇਰ ਇੱਕ ਵਾਰ ਬੇਲਚਨਾਂ ਪਲਟੀ ਕਰੀ ਫੇਰ ਪਾਉਣੀ ਆ ਉਹ ਉਹ ਜੀ ਸਾਰੇ ਦੇ ਸਾਰੇ ਤੱਤ ਜਿਹੜੇ ਆਪਾਂ ਲੋਹਾ ਮੈਗਜ਼ੀਨ ਜ਼ਿੰਕ ਕਾਪਰ ਜੁੰਨੇ ਵੀ ਹੈਗੇ 13 ਤੱਤ ਨੇ ਇਹ ਚਾਰ ਖਾਦਾਂ ਨੇ 17 ਬਣਦੇ ਟੋਟਲ ਉਹ 13 ਦੇ 13 ਉਹਨੂੰ ਰੱਜਵੇਂ ਹੀ ਮਿਲ ਗਏ ਹੀਟੋਂ ਦੀ ਬਿਮਾਰੀ ਦਾ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਜਿਵੇਂ ਆਪਾਂ ਖਾ ਲੂ ਵੀ ਤਕੜਾ ਬੰਦਾ ਉਹਨੂੰ ਠੰਡੀ ਨਹੀਂ ਲੱਗਦੀ ਨਾ ਗਰਮੀ ਲੱਗਦੀ ਮਾੜੀ ਨੂੰ ਲੱਗਦੀ ਆ ਉਹਨੂੰ ਜਦੇ ਬੁਖਾਰ ਹੋ ਜਦਾਂ ਮਾੜੀ ਗੱਲ ਨਾਲ ਉਹੀ ਸਿਸਟਮ ਇਹ ਹੈ ਸਿਸਟਮ ਸਾਰਾ ਏਡੂ ਜੱਡੇ ਹੈ ਗਲਤ ਹੈ ਇਹ ਐ ਨਾ ਸਾਨੂੰ ਇਹ ਨਹੀਂ ਪਤਾ ਵੀ ਫਸਲ ਪਲਦੀ ਕਿਵੇਂ ਹੈ ਫਸਲ ਦੇ ਕੋਈ ਮੂਹ ਨਹੀਂ ਹੈਗਾ ਜੜ ਦੇ ਜੀ ਕੋਈ ਮੂਹ ਨਹੀਂ ਅਜੇ ਤੱਕ ਤੇ ਡਾਕਟਰ ਨੇ ਸਮਝਾਇਆ ਸਾਨੂੰ ਵੀ ਅਸੀਂ ਤਾਂ ਬਾਅਦ ਚ ਹੁਣ ਬਣ ਗਏ ਵੀ ਉਹ ਫਸਲ ਜਿਹੜੀ ਖਾ ਲੂ ਆ ਇਹ ਜੀ ਜੀਵ ਹੈ ਧਰਤੀ ਠੀਕ ਹੈ ਨਾਲੇ ਤਾਂ ਉੱਥੇ ਪਰਮਾਤਮਾ ਦਾ ਸੂਲ ਹੈ ਵੀ ਜੁਨੀ ਭੁਗਦੇ ਨੇ ਨਾਲੇ ਉਹ ਫਸਲ ਨੂੰ ਜੀਵਾਂ ਨੇ ਤਾਕਤ ਦੇਣੀ ਹੈ ਜੜ ਨੂੰ ਖੇਤ ਤੋਂ ਚੱਕ ਕੇ ਜਿੰਨੇ ਤੁਹਾਡੇ ਜੀਵ ਵੱਧ ਹੋਣਗੇ ਉਹਨਾਂ ਥੋੜੇ ਫਸਲ ਤਕੜੀ ਹੋਣੀ ਹੈ ਤੁਸੀਂ ਫਸਲ ਅੱਜ ਬੀਜਤੀ ਜੀਵਾਂ ਨੇ ਪਾਲਤੀ 6 ਮਹੀਨੇ ਬਾਅਦ ਵੱਢੀ ਦੋ ਦਿਨ ਫੇਰ ਬੀਜਤੀ ਫੇਰ ਵੱਢ ਲਈ ਫੇਰ ਬੀਜਤੀ ਜਦੇ ਜੀਵਾਂ ਨੂੰ ਰੈਸਟ ਕਦ ਮਿਲੀ ਜੇ ਵਿੱਚ 2 ਮਹੀਨੇ ਰੈਸਟ ਮਿਲੂਗੀ ਤਾਂ ਜੀਵ ਇੱਕ ਤਾਂ ਤਕੜੇ ਹੋ ਜਾਣਗੇ ਕੰਮ ਤੋਂ ਵੱਲੀ ਹੋਗੇ ਇੱਕ ਆਪਣਾ ਪਰਿਵਾਰਕ ਵਾਧਾ ਕਰ ਲੈਣਗੇ ਦੂਹੀ ਫਸਲ ਨੂੰ ਆਪੇ ਕਰਨਗੇ ਉਹ ਕੰਮ ਤੇ ਇੱਕ ਗੱਲ ਹੋਰ ਵੀ ਅੱਜ ਕੱਲ ਜੇਕਰ ਆਪਾਂ ਗੱਲ ਕਰੀਏ ਮੈਨੇ ਜੇ ਖੇਤੀ ਨੂੰ ਜਿਹੜਾ ਸੰਭਾਲ ਕੇ ਰੱਖਣਾ ਹੈ ਵੀ ਸਹੀ ਤਰੀਕੇ ਨਾਲ ਕਿਵੇਂ ਕਰਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਇਹਦੇ ਨਾਲ ਮੈਂ ਤੁਹਾਡੇ ਤਜਰਬਾ ਤੁਹਾਡਾ ਕਿਵੇਂ ਰਿਹਾ ਖੇਤੀ ਦਾ ਵੀ ਇੰਨਾ ਵਕਫਾ ਹੋ ਗਿਆ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਖੇਤੀ ਨਾਲ ਜੁੜੇ ਹੋਏ ਨੂੰ ਤੇ ਇਹ ਸਬਜ਼ੀਆਂ ਵਾਲੇ ਪਾਸੇ ਨੂੰ ਕਿਵੇਂ ਰਹਿ ਜਾਣ ਰਿਹਾ ਤੇ ਇਹ 30 35 ਸਾਲ ਦਾ ਤਜਰਬਾ ਕਿਵੇਂ ਦਾ ਰਿਹਾ ਤੁਹਾਡਾ ਤਜਰਬਾ ਜੀ ਬਸ ਮਤਲਬ ਮੰਡੀ ਚਲੇ ਗਏ ਆਲੂ ਲਾਲੇ ਸੀ ਪਹਿਲਾਂ ਉਹ ਸਾਰਾ ਰੇਟ ਵਧੀਆ ਹੋਇਆ ਫਿਰ ਗੋਭੀ ਲਾ ਲਈ ਮੰਡੀ ਚ ਜਾ ਕੇ ਆ ਛੋਟੀਆਂ ਆਈਟਮਾਂ ਦੇਖ ਲਈਆਂ ਪਾਲਕ ਧਨੀਆ ਮੂਲੀ ਖੀਰਾ ਅਸੀਂ ਉਹ ਬਰਸਾਤ ਤੋਂ ਬਾਅਦ ਫੇਰ ਉਹ ਚਾਲੂ ਕਰਤਾ ਹੌਲੀ ਹੌਲੀ ਬਸ ਫਿਰ ਧਿਆਨ ਹੋਰ ਪਾਸੇ ਦਿੱਤਾ ਹੀ ਨਹੀਂ ਇੱਥੋਂ ਤੱਕ ਵੀ ਡੰਗਰ ਵੀ ਨਹੀਂ ਰੱਖਿਆ ਡੰਗਰ ਵੀ ਵੇਚਦੇ ਫਿਰ ਇਧਰੇ ਧਿਆਨ ਦਿੱਤਾ ਇੱਕ ਚੀਜ਼ ਕਰਨੀ ਇੱਕ ਚੀਜ਼ ਨੂੰ ਜੇ ਆਪਾਂ ਕੈਚ ਕਰ ਲਿਆ ਪੂਰੀ ਫੜ ਲਈ ਤਾਂ ਬਰ ਦਿੰਦੀ ਹੁੰਦੀ ਹੈ ਤਜਰਬਾਤਾ ਜੀ ਆਟੋਮੈਟਿਕ ਗਾਂਹ ਤੇ ਗਾਂ ਨਿਕਲੀ ਆਉਂਦਾ ਵੀ ਆਹ ਬੂਟਾ ਸੁੱਕ ਗਿਆ ਇੱਕ ਬਟਪਰਾ ਹਕਾ ਤੇ ਸੁੱਕਿਆ ਬਟ ਉਹੀ ਹੈ ਵੀ ਜੋਹੀ ਡੱਬੀ ਦਾ ਉਥੋਂ ਤਜਰਬਾ ਸਿੱਖ ਜਾਂਦਾ ਵੀ ਅਗਲਾ ਕਿਉਂ ਹੀ ਨੀ ਮੈਂ ਥਾਂ ਤੋਂ ਇੱਥੇ ਪਾਣੀ ਛੜ ਗਿਆ ਕੀ ਗੱਲ ਹੋਰ ਦੇ ਨਾਲ ਹੈ ਖਿਆਲ ਵੀ ਰੱਖਣਾ ਪੈਂਦਾ ਤੇ ਉਤੋਂ ਪਾਸੋਂ ਦਾ ਵੀ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਨੂੰ ਹੁੰਦਾ ਵੀ ਉਹਦਾ ਮੁੱਲ ਵੀ ਸਹੀ ਪਵੇ ਤੇ ਜੇ ਆਪਾਂ ਖੇਤੀ ਗੱਲ ਕਰੀ ਅੱਜ ਕੱਲ ਕਿਹਾ ਜਾਂਦਾ ਵੀ ਖੇਤੀ ਚ ਕਮਾਈ ਨਹੀਂ ਹੈਗੀ ਜੀ ਪੈਸੇ ਨਹੀਂ ਬਣਦੇ ਤਾਂ ਥੋੜਾ ਤਜਰਬਾ ਇਨਕਮ ਦੇ ਹਿਸਾਬ ਨਾਲ ਕਿਵੇਂ ਆ ਵੀ ਹਾਂ ਕਿੰਨੀ ਇੱਕ ਆਮਦਨ ਹੋ ਜਾਂਦੀ ਆ ਜੇ ਕਿਸਾਨ ਆਪਣੇ ਖੇਤ ਦੇ ਵਿੱਚ ਖੁਦ ਹੱਥੀਂ ਕੰਮ ਕਰੇ ਚਾਹ ਤੇ ਜਿਹੜਾ ਕੰਮ ਆਪਾਂ ਨੇ ਆਪਣੇ ਹੱਥੀਂ ਪਾਵੇਂ ਤੁਹਾਡੇ ਨੌਕਰ ਰਗਾ ਉਹਦੇ ਨਾਲ ਮੋੜਾ ਲਾ ਦ ਕੰਮ ਪਹਿਲਾਂ ਤਾਂ ਡਬਲ ਹੋ ਜਾਣਾ। ਜਾਂ ਦੁੱਗਣਾ ਕੰਮ ਹੋ ਗਿਆ ਇੱਕ ਆਪਾਂ 89 ਦਾ ਕੰਮ ਕਰਿਆ ਸ਼ਾਮ ਤੱਕ ਇੱਕ ਦੂਰ ਪੀਦਾ ਹੋ ਗਿਆ। ਡਬਲ ਹੋ ਗਏ ਨਾ ਆਪੇ ਬਚ ਗਏ। ਉਹ ਤੋਂ ਬਾਅਦ ਜ਼ਿੰਮੇਦਾਰ ਆਪ ਵਿੱਚ ਜਾਊ। ਟਾਈਮ ਨਾ ਨੱਕਾ ਛੱਡੂ ਨਾ ਪਾਣੀ ਵੱਧ ਪੈ ਨਾ ਘੱਟ ਪੈ ਰਿਓ ਉਹ ਪਾਉ ਆਪੇ ਇੱਕ ਸਾਰ ਪਾਉ। ਆਉਣ ਆਮ ਲੋਕਾਂ ਦੇ ਦੇਖਿਆ। ਉਹ ਠੇਕੇ ਵਾਲੇ ਰੋ ਸੜਦੇ ਨੇ। ਉਹ ਫਾਂਟਾਂ ਕਾਲੀਆਂ ਸਿਰ ਤੇ ਨਹੀਂ ਲਾਗਦੀ ਪੀਲੀ। ਉਹ ਜਿੱਥੇ ਨੂੰ ਗਿਰ ਗਿਆ ਉੱਥੇ ਸਿੱਟੀ ਜਾਂਦੇ ਨੇ। ਮੈਂ ਤਾਂ ਸੰਭਾਲ ਕੇ। ਨੇ ਹੱਥ ਖੇਤੀ ਨਾ ਬੱਤੀ ਹੁਣ ਦਿੱਤੀ। ਬੱਤੀਆਂ ਦੇ 33 ਹੁੰਦੇ ਨਹੀਂ ਹਨ। ਕੰਮ ਤਾਂ ਜੀ ਕੋਈ ਵੀ ਬਗਾਨੇ ਹੱਥ ਛੱਡ ਮਾਲਕ ਜਿੰਨਾ ਚਿਰ ਆ ਆ ਪਾ ਕੇ ਡਿਊਟੀ ਨਹੀਂ ਦਿੰਦਾ ਕੰਮ ਪਾਵੇਂ ਦੁਕਾਨਦਾਰੀ ਹੈ ਮਾਲਕ ਨਾ ਜਾਵੇ 8 ਮਹੀਨੇ ਦੇਖੋ ਚੂਹੇ ਨੱਚਦੇ ਉੱਥੇ ਤੇ ਸਦਾ ਸਭ ਗੱਲ ਹੁੰਦੀ ਹੈ ਵੀ ਕੰਮ ਜਿਹੜੇ ਮਿਹਨਤ ਕਰਨੀਆਂ ਨਾ ਉਹਦੇ ਨਾਲ ਸਹਿਯੋਗ ਦੀ ਵੀ ਜ਼ਰੂਰਤ ਹੁੰਦੀ ਹੈ ਫਿਰ ਇਹ ਖੇਤੀ ਥੋੜੇ ਨਾਲ ਸਹਿਯੋਗ ਕੌਣ ਕੌਣ ਕਰਦਾ ਹੁਣ ਸਹਿਯੋਗ ਤਾਂ ਸਾਰਾ ਪਰਿਵਾਰੇ ਕਰਦਾ ਜੀ ਉਹ ਤਾਂ ਮੁੰਡਾ ਜੀ ਸਾਡਾ ਲੜਕਾ ਆ ਜਾਓ ਭਾਈ ਆਜੀ ਵੀਰ ਜੀ ਆਜੋ 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 ਆਜੀ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਹ ਸਾਡਾ ਨੌਕਰ ਹੈ ਜੀ ਆ ਜਾ ਭਾਈ ਤੂੰ ਵੀ ਕਾ ਹਸਰੀ ਕਾਲ ਜੀ ਕਈ ਸਾਲ ਤੋਂ ਆ ਸਰਦਾਰ ਸਾਹਿਬ ਆਜ ਵੀ ਤੁਸੀਂ ਵੀ ਆਜੋ 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 ਆਜਾ ਭਾਈ ਜੀ ਇਹ ਵੀ ਆਸਟ੍ਰੇਲੀਆ ਤੋਂ ਆਇਆ ਹੈ ਹਸਰੀ ਕਾਲ ਆਸਟ੍ਰੇਲੀਆ ਤੋਂ ਆਇਆ ਇੱਥੇ ਰਹਿਦਾ ਖੇਤੀ ਇਹਨੇ ਉਰੇ ਆ ਕੇ ਕਰੀ ਜੀ ਬਹੁਤ ਵਧੀਆ ਕਮਾਲ ਸਰੋਂ ਬੀਜਿਆ ਰਿਕਾਰਡ ਤੋੜਤਾ ਤੇ ਗੱਲ ਇਹ ਹੈ ਜੀ ਕਾਫੀ ਤੁਸੀਂ ਤਾਂ ਕਹਿੰਦੇ ਆਸਟ੍ਰੇਲੀਆ ਹਾਂ ਤੇ ਪੰਜਾਬੀਆਂ ਨੂੰ ਹੁੰਦਾ ਹੀ ਵੀ ਇੱਥੇ ਤਾਂ ਕੋਈ ਬਣਦਾ ਨਹੀਂ ਉਹ ਬਾਹਰ ਚਲੀਏ ਫਿਰ ਕੀ ਕਹੋਂਗੇ ਇਹਨਾਂ ਦੀ ਖੇਤੀ ਵਾਲੀ ਮਿਹਨਤ ਦੇ ਹਿਸਾਬ ਨਾਲ ਬਹੁਤ ਵਧੀਆ ਜੀ ਇਹ ਤਾਂ ਮੇਰਾ ਵੀਰ ਬਹੁਤ ਵਧੀਆ ਖੇਤੀ ਕਰ ਰਿਹਾ ਬਹੁਤ ਵਧੀਆ ਆਪਣਾ ਪਰਿਵਾਰ ਚਲਾ ਰਿਹਾ ਹੈ ਹਾਂ ਤੇ ਤੁਸੀਂ ਵੀ ਫਾਦ ਸਾਹਿਬ ਦੇ ਦੇਖਿਆ ਪੂਰਾ ਵੀ ਕੰਮ ਤੁਸੀਂ ਵੀ ਰੂਟਾ ਬੀਟਰ ਚਲਾ ਰਹੇ ਸੀ ਲੱਗੇ ਹੋਏ ਸੀ ਫੇ ਕਿੰਨੀ ਕਿਹਦਾ ਕਾਣਾ ਬਾਪੂ ਦੇ ਕਾਣੇ ਮਿਹਨਤ ਕਰਨੀ ਪੈ ਜਾਂਦੀ ਆ ਨਹੀਂ ਦੇਖੋ ਮਿਹਨਤ ਤਾਂ ਕਰਨੀ ਪੈਂਦੀ ਆ ਜੀ ਇਹ ਸਬਜੀ ਦੇ ਕੰਮ ਚ ਤਾਂ ਖਾਸ ਕਰਕੇ ਕਰਨੀ ਪੈਂਦੀ ਆ ਵੈਸੇ ਮੋਟੀ ਫਸਲ ਦਾ ਸਰ ਜਾਂਦਾ ਜ ਜਦ ਆਪਣੀ ਕਣਕ ਜੀਰੀ ਹੁੰਦੀ ਆ ਇਹ ਬਰੀਕੀ ਦਾ ਕੰਮ ਆ ਕਾਫੀ ਮਿਹਨਤ ਕਰਨੀ ਪੈਂਦੀ ਆ ਤੇ ਜਿਵੇਂ ਹੁੰਦਾ ਵੀ ਕਿਨ ਆਪਾਂ ਜਦੋਂ ਵਿਦਿਆਰਥੀ ਹੁੰਨੇ ਆ ਵੀ ਹੁੰਦਾ ਪੜ੍ਹ ਲੈ ਕੇ ਕਿਤੇ ਨੌਕਰੀ ਲੱਗ ਜੀ ਹੋਰ ਲੱਗ ਜੀ ਫਿਰ ਤੁਸੀਂ ਫਿਰ ਖੇਤੀ ਵਾਲੇ ਪਾਸੇ ਨੂੰ ਤੁਸੀਂ ਕਿੱਦੋਂ ਆਗੇ ਪੜਾਈ ਲਿਖਾਈ ਕਰਕੇ ਫਿਰ ਨੌਕਰੀ ਵਾਲੇ ਪਾਸੇ ਨੂੰ ਟਰਾਈ ਕੀਤਾ ਨਹੀਂ ਐਕਚੁਅਲੀ ਨੌਕਰੀ ਤਾਂ ਜੇ ਸੋਚਿਆ ਜਾਵੇ ਤਾਂ ਬੜੇ ਪੜੇ ਪੜੇ ਲਿਖੇ ਫਿਰਦੇ ਆ ਸਾਡੇ ਪਿੰਡ 'ਚ ਕਾਫੀ ਐਮਏ ਵੀ ਕਰੀਏ ਬੀਏ ਫਿਰਦੇ ਆ ਨੌਕਰੀ ਤਾਂ ਮਿਲਦੀ ਨਹੀਂ ਪਹਿਲਾਂ ਤੋਂ ਹੀ ਪੜਾਈ ਚ ਕੁਛ ਢਿੱਲਾ ਸੀਗਾ ਨੰਬਰ 2 ਤੇ ਤੁਹਾਨੂੰ ਪਤਾ ਹੀ ਆ ਜੱਟਾਂ ਦੇ ਮੁੰਡਿਆਂ ਦਾ ਕਿਹਿਆ ਹੁੰਦਾ ਵੀ ਹਾਂ ਜੇ ਨਹੀਂ ਪੜ੍ਹਨਾ ਤਾਂ ਖੇਤੀ ਕਰ ਲਓ ਐਸਾ ਹਾਂ ਜੀ ਜਵਾਨ ਜੀ ਤੁਸੀਂ ਕਿਵੇਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਹਿੰਦੇ ਵੀ ਆਸਟ੍ਰੇਲੀਆ ਰਹਨੇ ਹੋਂਦੇ ਇੱਥੇ ਫਿਰ ਅੱਜ ਕਿਵੇਂ ਘੁੰਮਣ ਆ ਗਏ ਖੇਤਾਂ 'ਚ ਕਿ ਪੱਕੀ ਰਹੀਦਾ ਇੱਥੇ ਅ ਕਈ ਵਾਰ ਆਜਣਾ ਹੋ ਹੋ ਗਏ 5 ਸਾਲ ਇਹ ਸਾਡਾ ਦੋਤਾ ਜੀ ਆਸਟ੍ਰੇਲੀਆ ਤੋਂ ਆਇਆ ਹੈ ਹਾਂ ਹਾਲੇ ਤੇ ਚਲੋ ਪੰਜਾਬੀ ਵਧੀਆ ਬੋਲਦਾ ਅੱਜ ਕੱਲ ਤੇ ਇਹ ਆ ਵੀ ਕੈਨੇਡਾ ਅਮਰੀਕਾ ਵਾਲਿਆਂ ਦਾ ਪੰਜਾਬੀ ਨਹੀਂ ਆਉਂਦੀ ਫਿਰ ਪੰਜਾਬੀ ਪੰਜਾਬੀ ਤੁਹਾਨੂੰ ਤੇ ਸਿਖਾਉਨੇ ਆ ਵਧੀਆ ਨਾ ਨਹੀਂ ਮੈਂ ਹਨਾ ਆਪ ਹੀ ਸਿੱਖ ਗਿਆ ਸੀਗਾ ਅੱਛਾ ਇੱਥੇ ਫਿਰ ਆ ਕੇ ਜੀ ਲੱਗਦਾ ਪੂਰਾ ਖੇਤਾਂ ਦੇ ਵਿੱਚ ਆ ਕੇ ਸਾਡੇ ਦਾਦਾ ਜੀ ਸਾਰੇ ਜਣੇ ਕੰਮ ਕਰਦੇ ਨੇ ਉਰੇ ਕਿਵੇਂ ਤਾਂ ਲੱਗਦਾ ਲੱਗਦਾ ਹਨਾ ਬਹੁਤ ਵਧੀਆ ਲੱਗਦਾ ਜਿੱਦਾਂ ਹੁਣ ਮੈਂ ਦੇਖ ਰਿਹਾ ਜੀ ਟਰੈਕਟਰ ਤੁਸੀਂ ਚਲਾ ਰਹੇ ਸੀਗੇ ਆਪਣਾ ਹਨਾ ਨੇ ਉਹੀ ਸ਼ੌਂਕ ਹੀ ਹੈ ਟਰੈਕਟਰ ਚਲਾਉਣਾ ਕਿ ਵੀ ਹਾਂ ਮਾਣਾ ਮੋਟਾ ਖੇਚ ਵੀ ਵਾਇਆ ਕਦੇ ਖੇਚ ਵਾਇਆ ਹੋਇਆ ਨਹੀਂ ਚਲੋ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਜਦ ਤੱਕ ਆਪਾਂ ਆਪਣੇ ਜਵਾਕਾਂ ਨੂੰ ਆਪਣੀ ਜ਼ਮੀਨ ਨਾਲ ਨਹੀਂ ਜੋੜਦੇ ਜਦ ਤੱਕ ਉਹਦਾ ਕੋਈ ਫਾਇਦਾ ਨਹੀਂ ਹਾਂ ਜੀ ਨੰਨੇ ਦਾ ਰਿਕਸ਼ਾ ਵਿਚਾਲੇ ਦਾ ਮੇਰਾ ਨਾਮ ਨਾਲ ਦੱਸੀ ਜਾਂਦਾ ਕਰਨ ਚ ਆ ਕੇ ਕਰਦੇ ਹਾਂ ਕਿ ਕਿਤੇ ਨੰਬਰ ਵੜਾਈ ਜਾਂਦੇ ਆ ਖੜੇ ਦੋ ਹੁਣ ਕੁੱਟ ਕੇ ਸਟਾ ਠੀਕ ਆਹ ਦੇਖੋ ਆਹ ਦੇਖੋ ਇਹ ਕਹਿੰਦਾ ਹਾਂਜੀ ਹਾਂਜੀ ਵਿਚ ਵੜ ਕੇ ਲੀ ਰਿਕਸ਼ੇ ਦੀ ਕਟਾਈ ਕਰਦੇ ਹਾਂ ਅੱਛਾ 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 ਦੋ ਚਾਰ ਪੰਡਾ ਪੱਟੀ ਪੜਦਾ ਹ ਹਮ ਦੋ ਅੱਛਾ ਪੱਟੀ ਪੱਟੀ ਵੜਦੇ ਫਿਰ ਤੁਸੀਂ ਇਹ ਠੱਕੇ ਨਾਲ ਤਾਂ ਨਹੀਂ ਕਿ ਦਦੀ ਨੂੰ ਨਹੀਂ ਕਰਾਈ ਜਾਂਦੇ ਮੈਂ ਹੱਥਾਂ ਨਾਲ ਕਰਦਾ ਠੀਕ ਹੈ ਤੇ ਦਰਸ਼ਨ ਸਿੰਘ ਜੀ ਅੱਪ ਤੇ ਆਪਾਂ ਜਿਹੜੀ ਤੁਸੀਂ ਡਾਇਰੀ ਦਾ ਜ਼ਿਕਰ ਕਰ ਰਹੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਸਾਨਾਂ ਨੂੰ ਕਿਵੇਂ ਆਪਣਾ ਹਿਸਾਬ ਜਿਹੜਾ ਰੱਖਣਾ ਚਾਹੀਦਾ ਆ ਜੀ ਬਹਿ ਕੇ ਗੱਲ ਕਰਦੇ ਹੁਣ ਆਪਾਂ ਤੇ ਦਰਸ਼ਨ ਜੀ ਜਿਵੇਂ ਕਹਿ ਦੀ ਪਿੰਡ ਤੋਂ ਬਾਹਰ ਤੁਹਾਡਾ ਘਰ ਆ ਪਹਿਲਾਂ ਕਹਿੰਦੇ ਤੁਸੀਂ ਪਿੰਡ ਵਿੱਚ ਰਹਿੰਦੇ ਸੀ ਫਿਰ ਕਿਉਂ ਹੁੰਦਾ ਵੀ ਖੇਤਾਂ ਦੇ ਵਿੱਚ ਆ ਕੇ ਰਹਿਣਾ ਤੇ ਕਿੰਨਾ ਕੁ ਫਿਰ ਖੇਤੀ ਖੇਤਾਂ ਚ ਆ ਕੇ ਰਹਿਣ ਲੱਗੇ ਕਿਉਂਕਿ ਖੇਤ ਦੇ ਨਾਲ ਹੀ ਕੰਮ ਹੁੰਦਾ ਵੀ ਸਵੇਰੇ ਘਰੋਂ ਉઠੋ ਜਿਹਦੇ ਖੇਤ ਚ ਰਹੋ ਤੇ ਫਿਰ ਕਿੰਨਾ ਕੁ ਫਰਕ ਹੈ ਪਿੰਡ ਦੀ ਲਾਈਫ ਤੇ ਇਹਦੇ ਬਾਹਰ ਆ ਕੇ ਰਹਿਣ ਦਾ ਇਹ ਤਾਂ ਜੀ ਬਹੁਤ ਜ਼ਿਆਦਾ ਫਰਕ ਪੈ ਗਿਆ ਪਹਿਲਾ ਨੰਬਰ ਤਾਂ ਸਾਨੂੰ ਬਾਤਾ ਵਰਨੇ ਬਹੁਤ ਵਧੀਆ ਮਿਲ ਗਿਆ ਠੰਡੀ ਹਵਾ ਦਰੱਖਤਾਂ ਥੱਲੇ ਪੈਣਾ ਬਿਜਲੀ ਹੋਵੇ ਨਾ ਹੋਵੇ ਨੰਬਰ 2 ਪਹਿਲਾ ਅਸੀਂ ਪਿੰਡੋਂ ਆਉਣਾ ਇੱਥੇ ਆ ਕੇ ਕੰਮ ਕਰਨਾ ਫੇਰ ਜੀ ਕਦੇ ਦਾ ਰੋਟੀ ਆਪ ਲੈਣ ਜਾਣਾ ਕਦੇ ਸਾਡੇ ਘਰਦਿਆਂ ਨੇ ਫੜਾ ਕੇ ਜਾਣੀਆਂ ਕਦੇ ਮਾਂ ਨੇ ਕਦੇ ਮੇਰੇ ਘਰ ਵਾਲੀ ਨੇ ਰਾਹਾਂ 'ਚ ਫਿਰ ਜਾਂਦੇ ਤੇ ਉਰੇ ਆਉਣਾ ਕਿੰਨਾ ਫਾਇਦਾ ਹੋਇਆ ਇੱਕ ਤਾਂ ਜੀ ਰੋਟੀ ਗਰਮ ਜਦੇ ਸਾਡੇ ਘਰਦਿਆਂ ਨੇ ਹਾਕਮਾਨੀ ਆਜੋ ਵੀ ਰੋਟੀ ਛਕ ਲੋ ਜਦੇ ਕੰਮ ਤੋਂ ਛੁੱਟੇ ਜਦੇ ਫੇਰ ਲੱਗੇ ਨੰਬਰ 2 ਜੀ ਉਹ ਘਰ ਜਾਨੂ ਵੀ 2 ਘੰਟੇ ਸਾਡੇ ਨਾਲ ਸਹਿਯੋਗ ਦੇ ਬੰਦਾ ਕੱਲਾ ਨਹੀਂ ਕੁਝ ਕਰ ਸਕਦਾ ਕੋਈ ਕਿੱਡਾ ਹੀ ਹੋਵੇ ਭਾਵੇਂ ਰਾਜਾ ਹੋਵੇ ਜੇ ਰਾਣੀ ਨਾਲ ਸਾਥ ਦੇਵੇ ਨਾ ਬੰਦਾ ਕੁਝ ਨਹੀਂ ਕਰ ਸਕਦਾ ਤਾਂ ਗੱਲ ਨੂੰ ਭੁੱਲ ਜਾ ਇਹਨਾਂ ਦਾ ਵੀ ਸਹਿਯੋਗ ਇਹਨਾਂ ਦਾ ਵੀ ਸਹਿਯੋਗ ਜੀ ਬਹੁਤ ਜ਼ਿਆਦੇ ਨਾਲ ਸਾਡੇ ਸਾਨੂੰ ਰੋਟੀ ਪਾਣੀ ਸਭ ਟਾਈਮ ਨਾਲ ਆ ਰੋ ਤੋਂ ਬਾਅਦ 2 ਘੰਟੇ ਜੇ ਖੇਤ ਚ ਆ ਕੇ ਥੋੜਾ ਬਹੁਤਾ ਭਾਵੇਂ ਕਰਾਗੇ ਉਹਨੇ ਨਾਲ ਜੀ ਬੜਾ ਫਰਕ ਪੈਂਦਾ ਕੱਲੇ ਦੇ ਤਾਂ ਕੋਈ ਤਾਂ ਵੀ ਸਤਿਗੁਰਾਲ ਜੀ ਸਤਿਗੁਰਾਲ ਜੀ ਇੱਕ ਗੱਲ ਹੁੰਦੀ ਹੈ ਵੀ ਜਦ ਤੱਕ ਸਾਰਾ ਟੱਬਰ ਰਲ ਮਿਲ ਕੇ ਕੰਮ ਨਹੀਂ ਕਰਦਾ ਜਦ ਤੱਕ ਤਾਂ ਕੰਮ ਕੰਮ ਕਾਮਯਾਬ ਨਹੀਂ ਹੋ ਸਕਦਾ ਹੁਣ ਇਹ ਸਬਜ਼ੀ ਵਾਲੇ ਪਾਸੇ ਲੱਗੇ ਹੋਏ ਕਿ ਤੁਹਾਡੇ ਮਨ ਚ ਨਹੀਂ ਆ ਵੀ ਯਾਰ ਤੁਸੀਂ ਕੀ ਕਰਨ ਲੱਗੇ ਹੋ ਹੋ ਕੋਈ ਹੋਰ ਕੰਮ ਕਰ ਲ ਨਹੀ ਜੀ ਨਹੀ ਜੀ ਬਹੁਤ ਵਧੀਆ ਕੰਮ ਆ ਜੀ ਹਾਂ ਜੀ ਤੁਸੀਂ ਕਿਵੇਂ ਸਹਿਯੋਗ ਕਰਦੇ ਹੋ ਕਿਵੇਂ ਮਦਦ ਕਰਦੇ ਸੀ ਇਹਨਾਂ ਦੀ ਅਸੀਂ ਵੀ ਕਰਦੇ ਆ ਜੀ ਮਾੜੀ ਮੋਟੀ ਜਿੰਨੀ ਕ ਹੁੰਦੀ ਹੈ ਕੱਖ ਫੱਟ ਤੱਕ ਦੇ ਕੁਝ ਕਰਤਾ ਹਾਂ ਜੀ ਕਿਹਦਾ ਹੁੰਦਾ ਸੀ ਨਾ ਵੀ ਅਸੀਂ ਹੁਣ ਪਿੰਡਾਂ 'ਚ ਰਹਿੰਦੇ ਆ ਤਾਂ ਹੁੰਦਾ ਸੀ ਜਿਹੜੇ ਬੇਬੇ ਦਾਦੀ ਸਾਰੇ ਨਾਲੇ ਜਾ ਕੇ ਰਲ ਹੱਥ ਵਟਾ ਦਿੰਦੇ ਸੀਗੇ ਤੇ ਫਿਰ ਪਰ ਹੁਣ ਬਦਲ ਗਿਆ ਕੰਮ ਹੁਣ ਤਾਂ ਪਿੰਡ ਦੇ ਵਿੱਚ ਹੁੰਦਾ ਵੀ ਜਦ ਤੱਕ ਚਾਰ ਪੰਜਾਇਤ ਵਾਲੇ ਮਾਹੌਲ 'ਚ ਗੱਲਾਂ ਮਾਰਨੀ ਹੁੰਦੀਆਂ ਕੋਈ ਤੁਹਾਡੇ ਕੋਲ ਆਉਂਦਾ ਕੋਈ ਦੁੱਖ ਦੀ ਸੁਣਦਾ ਪਿੰਡ ਤੋਂ ਬਾਹਰ ਤਾਂ ਫਿਰ ਔਖਾ ਹੋ ਜਾਂਦਾ ਹਣਾ ਜੀ ਨਹੀਂ ਜੀ ਉਰੇ ਸਾਨੂੰ ਬਹੁਤ ਜੀ ਲੱਗਦਾ ਬਹੁਤ ਜੀ ਲੱਗਦਾ ਉਰੇ ਬਹੁਤ ਪਿੰਡਾਂ ਨਾਲੋਂ ਤਾਂ ਜੀ ਮੋਟਰ ਤੇ ਠੀਕ ਆ ਤਾਂ ਚਲੋ ਉਮਰ ਹੋਊ ਕਹਿੰਦੇ ਆ ਉਮਰ ਜਾ ਗੋਡੇ ਮੋਡੇ ਵੀ ਦੁਖਣ ਲੱਗ ਜਾਂਦੇ ਆ ਹੁਣ ਵੀ ਫਿਰ ਸਹਿਯੋਗ ਕਰਦੇ ਹੋਗੇ ਫਿਰ ਜੀ ਕਰਦੇ ਆ ਜੀ ਗੋਡੇ ਮੋਡੇ ਕੁਛ ਨਹੀਂ ਦੁਖਦਾ ਜੀ ਕਰਦੇ ਆ ਸੰਯੋਗ ਬਹੁਤ ਬਹੁਤ ਸ਼ੁਕਰੀਆ ਜੀ ਦਰਸ਼ਨ ਜੀ ਗੱਲਬਾਤ ਸਮਾ ਸਾਡੇ ਕੋਲ ਹੋ ਕੇ ਆ ਪੂਰਾ ਪ੍ਰੋਗਰਾਮ ਦਾ ਤੇ ਇੱਕ ਤੁਹਾਡੇ ਰਹੀਂ ਤੁਹਾਡਾ ਲੰਬਾ ਤਜਰਬਾ ਰਿਹਾ ਹਨਾ ਖੇਤੀ ਕਰਦੇ ਹੋ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਖੇਤੀ ਆ ਉਹ ਇੱਕ ਤਰੀਕੇ ਨਾਲ ਹੁਣ ਬਦਲਦੀ ਜਾਂਦੀ ਆ ਖਰਚੇ ਹੀ ਹੋ ਗਏ ਬਹੁਤ ਕਿਸਾਨ ਖੇਤੀ ਛੱਡ ਵੀ ਕੇ ਸੁਸਾਇਡ ਕਰਦਾ ਤਾਂ ਤੁਹਾਡਾ ਫਾਰਮਰਾਂ ਨੂੰ ਹੋਰ ਕਿਸਾਨਾਂ ਨੂੰ ਕੀ ਸੁਨੇਹਾ ਆ ਵੀ ਖੇਤੀ ਨੂੰ ਉਪਰ ਕੰਮ ਜਾ ਕਿ ਮੈਂ ਕਰ ਸਕਦਾ ਸਾਡਾ ਸੁਨੇਹਾ ਜੀ ਇਹ ਹੈ ਮਤਲਬ ਵੀ ਤੁਸੀਂ 12 ਘੰਟੇ ਖੇਚ ਡਿਊਟੀ ਦੋ ਲੋਕੋ ਫੇਲ ਨਹੀਂ ਹੋ ਸਕਦੇ ਆਪਾਂ ਲੋਕੋ ਫੇਲ ਨਹੀਂ ਹੋ ਸਕਦੇ ਹਰ ਚੀਜ਼ ਆਪਣੇ ਘਰ ਪੈਦਾ ਕਰੋ ਆਪਾਂ ਗਠੇ ਮੁੱਲ ਲੈਣੇ ਜਾ ਕੇ ਜ਼ਿਮੀਦਾਰ ਫੇਰ ਕਹਿੰਦਾ 70 ਰੁਪਏ ਕਿਲੋ ਲਸਣ 200 ਰੁਪਏ ਕਿਲੋ 200 ਹੀ ਮਿਲੂ ਥੋੜਾ ਲਸਣ ਹੈ ਤੁਸੀਂ ਉਹ ਕਹਿੰਦੇ ਵੀ ਸਸਤਾ ਹੋ ਜਾ ਫੇ ਥੋੜਾ ਕਿੱਥੇ ਵੀ ਠੀਕ ਹੈ ਜੱਟ ਜੀ ਅਸੀਂ ਆਪਣੇ ਆਪਣਾ ਸਟੈਂਡ ਤਾਂ ਲੋ ਇੱਕ ਵਾਰ ਜ਼ਿਮੀਦਾਰ ਨੂੰ ਫੇਲ ਕਰਨ ਵਾਲਾ ਕੌਣ ਹੈ ਬਿਲਕੁਲ ਗਲਤ ਅਸੀਂ ਬਾਜ਼ਾਰ ਬੰਦ ਕਰਾ ਦਾਂਗੇ ਅਸੀਂ ਸਾਰੀਆਂ ਚੀਜ਼ਾਂ ਘਰ ਦੇ ਗੱਲ ਇੱਥੇ ਬਾਜ਼ਾਰ ਸੌਦਾ ਲੈਣੇ ਨਹੀਂ ਜਾਣਾ ਸਾਨੂੰ ਕੀ ਲੋੜ ਨੂੰ ਕਰਦੀ ਹੈ ਕੱਪੜੇ ਘਰੋਂ ਲੈਣੇ ਨੇ ਅਸੀਂ ਜਾਂ ਫੈਸ਼ਨ ਚ ਫਸ ਗਏ ਨਾ ਅਸੀਂ ਇਹਨੇ ਮਾਰ ਲੇ ਜੱਟ ਨੂੰ ਅਸੀਂ ਜੂਰ ਕਾਰੋਬਾਰ ਕਰਨਾ ਹੋਵੇ ਕੋਈ ਇੱਥੇ ਤੁਸੀਂ ਦੇਖ ਲਿਆ ਸਾਰਾ ਸਿਸਟਮ ਸਾਡਾ ਜੇ ਅਸੀਂ ਕੋਈ ਪ੍ਰੋਗਰਾਮ ਕਰਨਾ ਅਸੀਂ ਪੈਲਸ ਜਾਈਏ ਤੇ ਸਾਡੇ ਕੋਈ ਜੁੱਤੀ ਫੇਰਨੇ ਵਾਲੇ ਨਹੀਂ ਤੇ ਇੱਕ ਗੱਲ ਜ਼ਿਕਰ ਕਰ ਰਿਹਾ ਬੋਲ ਕੇ ਕਿ ਡੈਰੀਆਂ ਤੁਸੀਂ ਦਿਖਾਈਆਂ ਸੀ ਵੀ ਉਹਦਾ ਹਿਸਾਬ ਤੁਸੀਂ ਪੂਰਾ ਰੱਖਦੇ ਹੋ ਕਿੰਨਾ ਕੁ ਫਾਇਦਾ ਹੈ ਵੀ ਕਿਸਾਨ ਨੂੰ ਆਪਣਾ ਜਿਹੜਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਉਹਦਾ ਜੀ ਇੱਕ ਮੇਨ ਫਾਇਦਾ 2042 ਮੈਂ ਇਹ ਕੰਮ ਕਰਿਆ 2004 ਚ 95000 ਦਾ ਸਾਲ ਚ ਮਾਲ ਵਿਕਿਆ ਤਾਂ ਉੱਥੋਂ ਚੱਲਿਆ ਉਹ ਮੇਰਾ ਐਸਟੀਮੇਟ ਹੈ ਵੀ ਸਾਲ ਬਾਅਦ ਜੇ ਅਸੀਂ 20000 ਰੁਪਏ ਨਹੀਂ ਵੱਧ ਵਟਦੇ ਇਹਦਾ ਮਤਲਬ ਅਸੀਂ ਘਟੇ ਚ ਆ ਜਾਵਾਂਗੇ ਜੇ ਪਿਛਲੇ ਸਾਲ ਮੰਨ ਲਓ ਵੱਟੇ 2 ਰੁਪਏ ਦੂਏ ਉਤੇ ਗਾਹ ਤਿੰਨ ਉਤੇ ਗਾਹ ਚਾਰ ਵੱਧਨੇ ਚਾਹੀਦੇ ਨਾ ਜਿਹੜੇ ਹਿਸਾਬ ਨਾਲ ਮੰਗਿਆ ਜੀ ਵੱਧਿਆ ਤਾਂ ਹੀ ਪਤਾ ਲੱਗੂ ਵੀ ਇਤਨੀ ਵੱਧ ਵਟ ਲੈਵੇ ਹਾਂ ਕੰਮ ਠੀਕ ਹੈ ਹੁਣ ਜੇ ਉਧਰ ਬੱਟ ਤੈਨੂੰ ਤਾਂ ਗਿਣੀ ਇਹਨਾਂ ਖਰਚਾ ਕਰੀ ਜਾਈਏ ਪਰ ਫਿਰ ਤਾਂ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੇ ਫਤਿਹ ਹੋ ਜਾਂਦੀ ਕਿਸਾਨਾਂ ਨੂੰ ਕਾਟਾ ਪਰ ਅਪਾ ਜੀ ਤਰੀਕੇ ਨਾਲ ਖੇਤੀ ਕਰਤਾ ਹੀ ਪੱਕਾ ਮਜਬੂਤ ਕੋਈ ਪਰਵਾਹ ਹੀ ਨਹੀਂ ਬਾਕੀ ਇੱਕ ਜ਼ਰੂਰੀ ਹੈ ਅੱਲਾਹ ਤਾਲਾ ਨੂੰ ਮੇਰੇ ਵੈਗਰੀ ਨੂੰ ਮੇਰੇ RAM ਨੂੰ ਯਾਦ ਕਰਕੇ ਕੰਮ ਕਰੋ ਬੰਦਾ ਮਾਰੇ ਨਹੀਂ ਖਾ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬੜਾ ਸ਼ੁਕਰੀਆ ਤੁਹਾਡਾ ਮਿਹਰबानी ਤੁਹਾਡੀ ਹੁਣ ਤੇ ਇਹ ਸਾਨੂੰ ਸਾਡੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਜੋ ਤਕਰੀਬਨ 30-40 ਸਾਲ ਦਾ ਦਾ ਸਮਾਂ ਖੇਤੀ ਨਾਲ ਜੁੜੇ ਹੋਏ ਨੇ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ। ਗੱਲ ਦੋ ਗੱਲਾਂ ਕਾਫੀ ਜ਼ਿਆਦਾ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਨੇ ਇੱਕ ਤਾਂ ਇਹ ਆ ਵੀ ਕਿਸਾਨ ਵੀਰ ਜਦ ਤੱਕ ਆਪਣਾ ਹਿਸਾਬ ਕਿਤਾਬ ਨਹੀਂ ਰੱਖਦੇ ਕਿ ਉਹਨਾਂ ਦਾ ਕਿੰਨਾ ਖਰਚ ਆਉਂਦਾ ਜਦ ਤੱਕ ਉਹ ਖੇਤੀ ਨੂੰ ਕਾਮਯਾਬ ਨਹੀਂ ਕਰ ਸਕਦੇ। ਸੋ ਇੱਕ ਉਦਾਹਰਨ ਨੇ ਉਹਨਾਂ ਕਿਸਾਨ ਲਈ ਜਿਨ੍ਹਾਂ ਕੋਲ ਜ਼ਮੀਨ ਦਾ ਰਕਬਾ ਘਟਿਆ ਪਰ ਉਹ ਕਿਵੇਂ ਤਰੀ ਸਬਜ਼ੀਆਂ ਉਗਾ ਸਕਦੇ ਨੇ ਤਰੀਕੀ ਨਾਲ ਖੇਤੀ ਕਰ ਸਕਦੇ ਨੇ ਤਾਂ ਉਹ ਆਪਣੀ ਇੱਕ ਕਿਲੇ ਪੈਲੀ ਦੇ ਵਿੱਚੋਂ ਹੀ 5 ਲੱਖ ਤੱਕ ਦੀ ਆਮਦਨ ਕਰ ਸਕਦੇ ਨੇ ਸੋ ਉਮੀਦ ਕਰਦੇ ਹਾਂ ਕਿ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਬਹੁਤ ਕੁਝ ਸਿੱਖਣ ਨੂੰ ਮਿਲੇ ਹੋਵੇਗਾ ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਸਫਲ ਕਿਸਾਨ ਦੇ ਨਾਲ ਫਿਰ ਤੋਂ ਮਿਲਾਂਗੇ ਜਦ ਤੱਕ ਦੋ ਜਾਜਤ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ ਹਰ ਕਦਮ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ